ਦਾ ਜਿਹੜੀ ਆਮ ਆਦਮੀ ਪਾਰਟੀ ਇਨਕਲਾਬ ਕਹਿੰਦੀ ਸੀ ਇਸ ਵਾਰ ਵੀ ਉਹਨਾਂ ਨੂੰ ਟਿਕਟ ਦੇ ਮਿਲੀ ਆ ਤੁਹਾਨੂੰ ਲੱਗਦਾ ਪਈ ਤੁਸੀਂ ਉਹਨਾਂ ਦਾ ਮੁਕਾਬਲਾ ਪੂਰੀ ਸ਼ਕਤੀ ਨਾਲ ਕਰ ਸਕਦੇ ਹੋ ਜਾਂ ਕਰ ਨਹੀਂ ਕਰ ਸਕਦੇ ਕ੍ਰਮ ਕਲਾਬ ਦੀ ਗੱਲ ਕਰਦੇ ਆ ਉਹ 70 ਤੋਂ 80 ਸੀਟਾਂ ਉਹਨਾਂ ਨੇ ਕਾਂਗਰਸੀਆਂ ਤੇ ਅਕਾਲੀਆਂ ਨੂੰ ਦਿੱਤੀਆਂ ਹੋਈਆਂ ਐਜਾ ਫਾਰਮੂਲਾ ਕਿ ਉਹਨਾਂ ਕੋਲੇ ਆ ਕੇ ਬੰਦਾ ਘਾਂਟੇ ਚ ਇਨਕਲਾਬੀ ਬਣ ਜਾਂਦਾਗਾ ਉਦੋਂ ਪਹਿਲਾਂ ਉਹ ਕਰਪਟ ਹੁੰਦਾਗਾ ਦੱਸੋ ਕਿੰਨੀਆਂ ਸੀਟਾਂ ਉਹਨਾਂ ਨੇ ਵੇਚੀਆਂ ਨਹੀਂ ਗੀਆਂ 4-4 5-5 ਕਰੋੜ ਰੁਪਇਆ ਲੈਂਦਾ ਸਾਨੂੰ ਬਾਖੂ ਵੀ ਸਾਰੀਆਂ ਗੱਲਾਂ ਦਾ ਪਤਾ ਕਰਦਾ ਬੀਬੀ ਬਲਜਿੰਦਰ ਕੌਰ ਵੀ ਟਿਕਟ ਪੈਸੇ ਦੇ ਦੌਰ ਤੇ ਬਸ ਬਾਈ ਸਾਰਾ ਕੁ ਜਿਹੜੇ ਆਜ਼ਾਦ ਕਿਸਾਨ ਹੁੰਦੇ ਆ ਉਹ ਕਹਿੰਦੇ ਵੀ ਇਹਨਾਂ ਨੂੰ ਚੋਣਾਂ ਵਾਲੇ ਪਾਸੇ ਨਹੀਂ ਸੀ ਆਉਣਾ ਚਾਹੀਦਾ ਨਤੀਜਿਆਂ ਤੋਂ ਬਾਅਦ ਕਹਿੰਦੇ ਵੀ ਸੰਘਰਸ਼ ਕਰਨ ਜੋਗੇ ਨਹੀਂ ਰਹਿਣਗੀਆਂ ਪਰ ਮੈਂ ਕੱਲ ਨੂੰ ਐਮਐਲਏ ਬਣ ਜਾਣਾਗਾ ਤਾਂ ਮੈਂ ਇੰਨੀ ਕਿ ਤਾਕਤ ਰੱਖਦਾ ਕਿ ਮੈਂ ਲੋਕਾਂ ਦੇ ਲਈ ਕੱਲ ਨੂੰ ਵੀ ਦਰੀਬ ਛਾ ਕੇ ਉਹਨਾਂ ਦਾ ਸੰਘਰਸ਼ ਲੜ ਸਕਾਂ ਕਿੰਨਾ ਕੁ ਜਿਹੜਾ ਰੋਚਕ ਹੈਗਾ ਇਹ ਮੁਕਾਬਲਾ ਖਾਸ ਕਰਕੇ ਕਿਉਂਕਿ ਤੁਸੀਂ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਹੋ ਉਹ ਲੜੂ ਵੀ ਕਿਸਾਨ ਧੜੇ ਵੱਲੋਂ ਰਹੀ ਹੈ ਮੈਨੂੰ ਪਤਾ ਲੋਕਾਂ ਨੂੰ ਕਿ ਜਿਹੜੀ ਇਹ ਆਮ ਆਦਮੀ ਪਾਰਟੀ ਆਰਐਸਐਸ ਦੀ ਬੀ ਟੀਮ ਹੈ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਲੋਕ ਇਹਨਾਂ ਨੂੰ ਸਵਾਲ ਕਰਨਗੇ ਤੇ ਪਿਛਲੇ ਦਿਨੀਂ ਖ਼ਬਰਾਂ 'ਚ ਵੀ ਚਰਚਾ ਚੱਲਦੀ ਰਹੀ ਹੈ ਔਰ ਰਾਜੇਵਾਲ ਸਾਹਿਬ ਦੇ ਸੱਜੇ ਖੱਬੇ ਬੈਠਣ ਵਾਲੇ ਲੋਕ ਵੀ ਕਹਿੰਦੇ ਨੇ ਕਿ ਰਾਜੇਵਾਲ ਨੂੰ ਆਮ ਆਦਮੀ ਪਾਰਟੀ ਨਾਲ ਗੱਲਬਾਤ ਚੱਲਦੀ ਸੀ ਪੈਨੂੰ ਸੀਐਮ ਦਾ ਚਿਹਰਾ ਐਲਾਨ ਦਿੰਦੇ ਜੇ ਆਉਣ ਵਾਲੇ ਸਮੇਂ 'ਚ ਕਿਸਾਨ ਜਿਹੜਾ ਧੜਾ ਹੈਗਾ ਸੀਟਾਂ ਲੈ ਜਾਂਦਾ ਆਮ ਆਦਮੀ ਪਾਰਟੀ ਨਾਲ ਘਟਚੜ ਹੋ ਗਿਆ ਤੁਹਾਡੇ ਜਿਹੜੇ ਦਾਅਵੇ ਆ ਤੁਹਾਡੀਆਂ ਦਿੱਤੀਆਂ ਗਈਆਂ ਬਿਆਨਬਾਜ਼ੀ ਕਿੱਧਰ ਜਾਓ ਵੀਰ ਸਿੰਘ ਬਾਦਲ ਜੀ ਆਉਣ ਕੈਪਟਨ ਸਾਹਿਬ ਆਉਣ ਨਮਜੋਤ ਸਿੰਘ ਸਿੱਧੂ ਆਉਣ ਮੈਂ ਲੜਨਾ ਚਾਹਣਾ ਉਹਨਾਂ ਲੋਕਾਂ ਦੇ ਨਾਲ ਮੈਂ ਲੋਕਾਂ ਨੂੰ ਸਾਡੇ ਪੰਜਾਬ ਦੇ ਧੀਆਂ ਪੁੱਤਾਂ ਨੂੰ ਇਹੀ ਦੱਸਣਾ ਭਾਈ ਤੁਸੀਂ ਕੁਝ ਵੀ ਕਰ ਸਕਦੇ ਹੋ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਸੋਹ 2017 ਦੇ ਇਲੈਕਸ਼ਨਾਂ 'ਚ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਖਾਧੀ ਅੱਜ ਵੀ ਬਹਿਬਲ ਕਲਾਂ ਦੇ ਵਿੱਚ ਜਿਹੜਾ ਸ਼ਹੀਦਾਂ ਦਾ ਪੁੱਤ ਆ ਭਾਈ ਸੁਖਰਾਜ ਸਿੰਘ ਸ਼ਹੀਦ ਗੁਰਜੀਤ ਸਿੰਘ ਦੇ ਪਿਤਾ ਬਾਪੂ ਸਾਦੂ ਸਿੰਘ ਉਹ ਬੈਠੇ ਹੋਏ ਆ ਕੀ ਲੱਗਦਾ ਇਸ ਇਲਾਕੇ ਦੇ ਵਿੱਚ ਬੇਅਦਬੀ ਮਾਮਲੇ ਨੂੰ ਲੈ ਕੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਚਰਚਾ ਹੈਗੀ ਕਿਸੇ ਤੋਂ ਵਿਸ਼ਵਾਸ ਨਹੀਂ ਲੋਕਾਂ ਨੂੰ ਇਹਨਾ ਇਹ ਲੋਕ ਪੋਲੀਟੀਕਲ ਲੋਕ ਤਰੇ ਫਿਰਦੇ ਆ ਇਹਨਾਂ ਤੋਂ ਉਹਨਾਂ ਨੇ ਆ ਕਹਾਂ ਚ ਉਹਨੂੰ ਕਿ ਹੁਣ ਤਾਂ ਆਪਣੇ ਆਪ ਗੁਰੂ ਨਿਭੜੂਗਾ ਕਿ ਹੁਣ ਤਾਂ ਆਪਣੇ ਆਪ ਗੁਰੂ ਨਿਭੜੂਗਾ ਅਕਾਲੀਦਰ ਵਾਲੇ ਕਈਥਾਂ ਤੇ ਇਲਜ਼ਾਮ ਲਾਉਂਦੇ ਕਹਿੰਦੇ ਜਿਹੜੇ ਕਿਸਾਨਾਂ ਦਾ ਮੋਰਚਾ ਹੈ ਇਹ ਆਮ ਆਦਮੀ ਪਾਰਟੀ ਦੀ ਬੀ ਟੀਮ ਹੈ ਇਹ ਜਿੱਥੇ ਜਾਣ ਅਕਾਲੀਆਂ ਦੇ ਖਿਲਾਫ ਹੀ ਬਹੁਤਾ ਬੋਲਦੇ ਆ ਕੋਈ ਸਾਨੂੰ ਕਹਿੰਦਾ ਕਿ ਇਹ ਭਾਜਪਾ ਨੇ ਮਤਲਬ ਕਿ ਪਲਾਨਡ ਕੀਤੇ ਆਗੇ ਠੀਕ ਹੈ ਜੀ ਕਿ ਆਮ ਆਦਮੀ ਪਾਰਟੀ ਨੂੰ ਕਰਨ ਦੇ ਲਈ ਸਾਡੀ ਰਜਿਸਟ੍ਰੇਸ਼ਨ ਨਹੀਂ ਹੋਈ ਜਿਸ ਦਿਨ ਨੂੰ ਭਾਜਪਾ ਨੇ ਭੇਜਉਂਦਾ ਰਜਿਸਟ੍ਰੇਸ਼ਨ ਹੁੰਦੀ ਅੱਜ ਸਾਡੇ ਕੋਲੇ ਚੋਣ ਨਿਸ਼ਾਨ ਹੁੰਦਾ ਸਾਡੇ ਕੋਲੇ ਕੋਈ ਵੀ ਚੀਜ਼ ਨਹੀਂ ਵੀਰੇ ਤੇ ਵੀ ਸ਼ਹਿਰੀ ਲੋਕ ਇਹਨਾਂ ਨੂੰ ਹਮਾਇਤ ਨਹੀਂ ਕਰਨੀਏ ਤੁਸੀਂ ਜਦੋਂ ਦਮਦਮਾ ਸਾਹਿਬ ਸ਼ਹਿਰ ਦੇ ਵਿੱਚ ਵਿਚਰਦੇ ਹੋ ਤਾਂ ਲੋਕ ਕਿਸ ਤਰ੍ਹਾਂ ਦਾ ਰਿਸਪਾਂਸ ਦੇ ਬਾਈ ਇਹ ਲੋਕਾਂ ਪੰਥ ਦੇ ਨਾਮ ਦੇ ਉੱਤੇ ਇਹਨਾਂ ਦਾ ਰਜਗਾਰ ਚੱਲੀ ਗਿਆ ਹੁਣ ਇਹਨਾਂ ਦਾ ਕੁਝ ਨਹੀਂ ਹੈਗਾ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2022 ਅਸੀਂ ਇਸ ਵਕਤ ਤਲਵੰਡੀ ਸਾਬੋ ਹਲਕਾ ਦੇ ਵਿੱਚ ਮੌਜੂਦ ਆ ਕਿਸਾਨ ਧੜੇ ਦੇ ਉਮੀਦਵਾਰ ਸੁਖਜੀਤ ਸਿੰਘ ਨਾਲ ਇਸ ਹਲਕੇ ਬਾਰੇ ਤੇ ਉਹਨਾਂ ਦੀ ਚੋਣ ਤਿਆਰੀ ਬਾਰੇ ਗੱਲਬਾਤ ਕਰਾਂਗੇ ਸਵਾਗਤ ਹੈ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇ ਟੀਵੀ ਦੇਖ ਰਹੇ ਸਾਰੇ ਮੇਰੇ ਭੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਸਤਿ ਸ੍ਰੀ ਅਕਾਲ ਸ਼ੁਕਰੀਆ ਅਹ ਚੋਣਾਂ ਦੀ ਤਿਆਰੀ ਸਭ ਤੋਂ ਪਹਿਲਾਂ ਦੱਸੋ ਵੀ ਕਿਸ ਤਰ੍ਹਾਂ ਹੈਗੀ ਆ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਹੋ ਹਲਕਾ ਹੌਟ ਸਿਟੀ ਕਹਿ ਸਕਦੇ ਆਸੀਂ ਕਿਉਂਕਿ ਆਪਦੀਆਂ ਕੁਝ ਖਾਸ ਜਿਹੜੀਆਂ ਜਿੱਤੀਆਂ ਹੋਈਆਂ ਸੀਟਾਂ ਉਹਨਾਂ ਦੇ ਵਿੱਚ ਹੋਏ ਹੈਗੀ ਆ ਬਿਲਕੁਲ ਭਾਈ ਹਾਂ ਇਹੀ ਆ ਪਰ ਅਸੀਂ ਤਾਂ ਮੋਰਚੇ ਦੀ ਤਰ੍ਹਾਂ ਹੀ ਇਹ ਚੋਣਾ ਵੀ ਲੜ ਰਹੇ ਆ ਜਿਵੇਂ ਮੋਰਚਾ ਲੜਿਆ ਸੀ ਭਾਈ ਉਸੇ ਤਰੀਕੇ ਨਾਲ ਹੀ ਸਾਡਾ ਇਹ ਚੋਣ ਜਿਹੜਾ ਮੁਹਿੰਮ ਚੱਲ ਰਹੀ ਹੈਗੀ ਉਹੀ ਲੋਕ ਮੋਰਚੇ ਵਾਲੇ ਜਿਨ੍ਹਾਂ ਨੇ ਮੋਰਚਾ ਲੜਿਆ ਉਹੀ ਲੋਕ ਸਾਡਾ ਸਾਥ ਦੇ ਰਹੇ ਹੈਗੇ ਔਰ ਸਿੱਧੀ ਜੀ ਗੱਲ ਆ ਭਾਈ ਕਿ ਕਿਸਾਨੀ ਜਦੋਂ ਮੋਰਚਾ ਲੜਿਆ ਗਿਆਗਾ ਤਾਂ ਲੋਕਾਂ ਨੂੰ ਪਤਾਗਾ ਕਿ ਲੋਕਾਂ ਦੇ ਅੰਦਰ ਦਰਦ ਆ ਉਸ ਮੋਰਚੇ ਪ੍ਰਤੀ ਲੋਕਾਂ ਨੂੰ ਪਤਾਗਾ ਕਿ ਕਿੰਨਾ ਲੋਕਾਂ ਨੇ ਜਦੋਂ ਸਾਡੀ ਰੋਟੀ ਦੇ ਉੱਤੇ ਆ ਗਿਆ ਸੀ ਕੰਮ ਸਾਡੀ ਰੁਜ਼ਗਾਰ ਦੇ ਉੱਤੇ ਗੱਲ ਆ ਗਈ ਸੀ ਤੇ ਕੌਣ ਲੋਕੋ ਤੋਂ ਖੜੇ ਹੈਗੇ ਤੇ ਇਹ ਜਿਹੜੀਆਂ ਦੂਜੀਆਂ ਪਾਰਟੀਆਂ ਵਾਲੇ ਉਹਦੋਂ ਕਿਸ ਤਰੀਕੇ ਦੇ ਨਾਲ ਚੱਲੇ ਸੀ ਸਾਰੀਆਂ ਗੱਲਾਂ ਲੋਕਾਂ ਨੂੰ ਪਤਾ ਤਾਂ ਸੋ ਬਹੁਤ ਸੋਹਣਾ ਮਾਹੌਲਾ ਸਾਡੇ ਲੋਕ ਫੇਵਰ ਕਰ ਰਿਹਾ ਕਿ ਕਿਸਾਨ ਜਿਹੜੇ ਹੈਗੇ ਆ ਉਹ ਇਲੈਕਸ਼ਨ ਵਿੱਚ ਆਏ ਨਾ ਅਸੀਂ ਤੁਹਾਡਾ ਵੈਲਕਮ ਕਰਦੇ ਆ ਤੁਸੀਂ ਮੋਰਚੇ ਦੀ ਗੱਲ ਕੀਤੀ ਹੈ ਮੋਰਚੇ ਤੇ ਹਮਾਇਤ ਸੀਗੀ ਲੋਕਾਂ ਦੀ ਪਰ ਇੱਕ ਗੱਲ ਜਿਹੜੀ ਅਸੀਂ ਜਦੋਂ ਗਰਾਊਂਡ 'ਚ ਵਿੱਚ ਚਰਦੇ ਆ ਜਾਂ ਉਸ ਮੋਰਚੇ ਦੇ ਵਿੱਚ ਕੱਟੜ ਕਾਂਗਰਸੀ ਵੀ ਗਏ ਕੱਟੜ ਅਕਾਲੀ ਵੀ ਗਏ ਐ ਕਹਿ ਲਓ ਵੀ ਕੱਟੜ ਭਾਜਪਾ ਵਾਲਿਆਂ ਨੂੰ ਛੱਡ ਕੇ ਬਾਕੀ ਸਾਰੇ ਹੀ ਗਏ ਤਾਂ ਕੀ ਲੱਗਦਾ ਵੀ ਜਦੋਂ ਉੱਥੇ ਹੁਣ ਵਾਪਸ ਆ ਗਏ ਕਿਸਾਨ ਸਾਰਿਆਂ ਨੇ ਆਪਣੀਆਂ ਵੱਖ-ਵੱਖਰੀਆਂ ਪਾਰਟੀਆਂ ਦੇ ਵੀ ਝੰਡੇ ਕਈ ਹਲਕਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਜਥੇਬੰਦੀਆਂ ਐਲਾਨ ਵੀ ਕਰ ਚੁੱਕੀਆਂ ਵੀ ਅਸੀਂ ਫਲਾਣੇ ਦਾ ਸਮਰਥਨ ਦੇਾਂਗੇ ਫਲਾਣੇ ਦਾ ਤਾਂ ਉਸ ਤਰ੍ਹਾਂ ਲੋਕ ਸਾਥ ਦੇਣਗੇ ਹਾਂ ਜਸਪੀਰ بھائی ਦੇਖੋ ਗੱਲ ਇਦਾਂ ਕੀ ਇਹ ਬਿਲਕੁਲ ਥੋੜੀ ਬਿਲਕੁਲ ਖੂਬੀ ਸਹੀ ਗੱਲ ਆ ਕਿ ਸਾਰੀਆਂ ਪਾਰਟੀਆਂ ਦੇ ਲੋਕ ਉੱਥੇ ਪਹੁੰਚੇ ਸੀ ਮੈਂ ਗੱਲ ਉਹਨਾਂ ਲੋਕਾਂ ਦੀ ਕਰਦਾਗਾ ਜਿਹੜੇ ਜਿੰਨਾਂ ਲੋਕਾਂ ਦੇ ਉੱਤੇ ਐਂਡ ਤੇ ਆ ਕੇ ਗੱਲ 20 30% ਜਿਹੜੇ ਲੋਕ ਹੁੰਦੇ ਆ ਜਿਹੜੇ ਮੈਟਰ ਕਰਦੇ ਹੁੰਦੇ ਹੈਗੇ ਜਿਹੜੇ ਜਸਟਕ ਲਈ ਵੋਟਰ ਆਗੇ ਮੈਂ ਵੋਟਰਾਂ ਦੀ ਗੱਲ ਕਰਦਾ ਉਹ ਕਿਤੇ ਨਾ ਕਿਤੇ ਆਗੂ ਆ ਜਾਂਦੇ ਆ ਛੋਟੇ ਲੈਵਲ ਤੋਂ ਆਗੂ ਲਾੜੂ ਪਿੰਡ ਲੈਵਲ ਦੇ ਆਗੂ ਲਾੜੂ ਜਿੰਨੇ ਤੁਸੀਂ ਗੱਲ ਕਰ ਰਹੇ ਹੋ ਜੋ ਆਮ ਵੋਟਰ ਦਾ ਰੁਝਾਨ ਹੈ ਨਾ ਉਹ ਮੋਰਚੇ ਦੇ ਨਾਲ ਸਹਿਮਤ ਨੇ ਲੋਕ ਉਹ ਉਹ ਚਾਹੁੰਦੇ ਕਿ ਕਿਸਾਨਾਂ ਦੇ ਨਾਲ ਖੜੀਏ ਸੀ ਮੋਰਚੇ ਦੇ ਨਾਲ ਖੜੀਏ ਕਿਸਾਨਾਂ ਦੇ ਨਾਲ ਖੜੀਏ ਜਿਨ੍ਹਾਂ ਨੇ ਮੌਕੇ ਦੇ ਉੱਤੇ ਆ ਕੇ ਸਾਡੇ ਸਾਡੇ ਜਿਹੜਾ ਐਡਾ ਵੱਡਾ ਸਾਡੇ ਤੇ ਖਤਰਾ ਪੈਦਾ ਹੋ ਗਿਆ ਸੀ ਜਿਨ੍ਹਾਂ ਨੇ ਉਹ ਲੜਾਈ ਲੜੀ ਉਹਨਾਂ ਦੇ ਨਾਲ ਖੜੀਏ ਤੁਹਾਡੇ ਹਲਕੇ ਦਾ ਮੁੱਖ ਮਸਲਾ ਕੀ ਹੈ ਕਿਸੇ ਹਲਕੇ ਚ ਪਾਣੀ ਹੀਟਲਾ ਮਾੜਾ ਹੈ ਕਿਸੇ ਚ ਨਸ਼ਾ ਵੱਧ ਹੈ ਕਿਸੇ ਚ ਹੋਰ ਤਾਂ ਤੁਹਾਡੇ ਹਲਕੇ ਦਾ ਮੁੱਦਾ ਮੁੱਖ ਕੀ ਹੈ ਜਿਹੜਾ ਤੁਸੀਂ ਹੱਲ ਕਰਨ ਦਾ ਦਾਵਾ ਕਰਦੇ ਹੋ ਦੇ ਕੋਈ ਨਸ਼ਾ ਤਾਂ ਸਾਰੇ ਪਾਸੇ ਪ੍ਰੋਬਲਮ ਬਣਿਆ ਪਿਆ ਪਰ ਸਾਡੇ ਬਾਰਡਰ ਤੇ ਉੱਤੇ ਔਨ ਕਰਕੇ ਸਾਡੇ ਵੀ ਘਰ ਘਰ ਦੇ ਵਿੱਚ ਬਈ ਹਨਾ ਅ ਬਸ ਲੀਡਰਾਂ ਨੇ ਸੌਹਾਂ ਖਾਧੀਆਂ ਗੁਟਕੇ ਸਭ ਚੱਕ ਚੱਕ ਕੇ ਹਨਾ ਕਿਸੇ ਨੇ ਕੋਸ਼ਿਸ਼ ਕੀਤਾ ਕਿਸੇ ਨੇ ਕੋਸ਼ਿਸ਼ ਕੀਤਾ ਪਰ ਗੁਰੂ ਸਾਹਿਬ ਨੇ ਦੇਖ ਲਓ ਫਿਰ ਅੱਜ ਢੂਹੀ ਵੀ ਲਾਤੀ ਸਾਰਿਆਂ ਦੀ ਜੇ ਉੱਥੇ ਉਹ ਕੀਤਾ ਪਰ ਇਹ ਮਸਲਾ ਵੀ ਹੈਗਾਗਾ ਔਰ ਪਾਣੀ ਨੂੰ ਲੈ ਕੇ ਦੇਖੋ ਹਸ ਤੱਕ ਆਪਾਂ ਪੀਣ ਦਾ ਪਾਣੀ ਵੀ ਜਸਵੀਰ بھائی ਸਾਡੇ ਲੋਕਾਂ ਨੂੰ ਸਹੀ ਤਰੀਕੇ ਨਾਲ ਨਹੀਂ ਪਹੁੰਚ ਰਿਹਾ ਇਹ ਵੀ ਇੱਕ ਵੱਡਾ ਮਸਲਾ ਹੈਗਾ ਦੂਸਰੀਆ ਜੇ ਸਾਡੇ ਦਰਬਾਰ ਸਾਹਿਬ ਦੇਖੀਏ ਸਿੱਖਾਂ ਦਾ ਤਖਤ ਹੈ ਪੰਜਵਾਂ ਪਰ ਜੇ ਤੁਸੀਂ ਕਦੇ ਬਰਸਾਤ ਦੇ ਮੌਸਮਾਂ ਦੇ ਵਿੱਚ ਦੇਖੋਗੇ ਤਾਂ ਉਹਦੇ ਵਿੱਚ ਸਾਡੇ ਇੱਥੋਂ ਇੱਥੋਂ ਤੱਕ ਪਾਣੀ ਲੱਖ ਲੱਖ ਤੱਕ ਪਾਣੀ ਖੜਾ ਹੁੰਦਾ ਉਹਦੇ ਗੇਟ ਤੇ ਸਾਰੇ ਇਹਰ ਦੇ तमाम ਮਸਲੇ ਆਗੇ ਕਿ ਜਿਨ੍ਹਾਂ ਦੇ ਉੱਤੇ ਕੀ ਨੂੰ ਅਸੀਂ ਵੱਡਾ ਕਹੀਏ ਕੀ ਨੂੰ ਅਸੀਂ ਛੋਟਾ ਕਹੀਏ ਸਾਰੀਆਂ ਚੀਜ਼ਾਂ ਨੂੰ ਲਾ ਕੇ ਨਸ਼ੇ ਤੋਂ ਲਾ ਕੇ ਜਿੰਨਾ ਜਿੱਥੋਂ ਤੱਕ ਅਸੀਂ ਗੱਲ ਕਰੀਏ ਸਾਡੇ ਧਾਰਮਿਕ ਜਿਹੜੇ ਸੰਸਥਾਨ ਇਹਨਾਂ ਦੀਆਂ ਜਿਹੜੀ ਸਾਰੀ ਚਾਰਦੁਵਾਰੀ ਜਾਂ ਇਹਨਾਂ ਦੇ ਵਿੱਚ ਕੀ ਕੁਝ ਚੱਲ ਰਿਹਾ ਉਹ ਸਾਰੇ ਮਸਲੇ ਸਾਡੇ ਵਖੂਬੀ ਹੱਲ ਕਰਨ ਵਾਲੇ ਪਏ ਆ ਜਿਹੜੇ ਉਸੇ ਦੀ ਉਸੇ ਤਰੀਕੇ ਨਾਲ ਕਿਸੇ ਵੀ ਲੋਕਾਂ ਨੇ ਸਾਡੀ ਇਸ ਚੀਜ਼ ਦੀ ਬਾਣ ਨਹੀਂ ਫੜੀਗੀ ਉਹ ਸਾਰੇ तमाम ਮਸਲੇ ਨੂੰ ਹੱਲ ਕਰਨਾ ਪੈਣਾ 2017 ਦੇ ਵਿੱਚ ਇਸ ਹਲਕੇ ਨੇ ਜਿਹੜਾ ਆਪਣਾ ਫਤਵਾ ਸੀਗਾ ਉਹ ਆਮ ਆਦਮੀ ਪਾਰਟੀ ਦੀ ਝੋਲੀ ਪਾਇਆ ਬੀਬੀ ਬਲਜਿੰਦਰ ਕੌਰ ਉਹ ਤੁਹਾਡੇ ਹਲਕੇ ਦੇ ਉਹ ਤੁਹਾਡੇ ਤੋਂ ਪਿੰਡ ਚੋਂ ਵੀ ਹੈਗੇ ਆ ਤਾਂ ਕੀ ਲੱਗਦਾ ਜਿਹੜੀ ਆਮ ਆਦਮੀ ਪਾਰਟੀ ਇਨਕਲਾਬ ਕਹਿੰਦੀ ਸੀ ਇਸ ਵਾਰ ਵੀ ਉਹਨਾਂ ਨੂੰ ਟਿਕਟ ਦੇ ਮਿਲੀ ਆ ਆਮ ਆਦਮੀ ਪਾਰਟੀ ਤੋਂ ਕੁਝ ਲੀਡਰਾਂ ਦੀ ਉਹਨਾਂ ਨੇ ਵਿਧਾਇਕਾਂ ਦੀਆਂ ਟਿਕਟਾਂ ਘਟਦੀਆਂ ਸੀਗੀਆਂ ਤਾਂ ਉਹਨਾਂ ਨੂੰ ਲੈ ਕੇ ਤੁਹਾਡੇ ਪਿੰਡ ਦੀ ਹੈ ਜਾਂ ਖਾਸ ਕਰਕੇ ਤੁਹਾਨੂੰ ਲੱਗਦਾ ਵੀ ਤੁਸੀਂ ਉਹਨਾਂ ਦਾ ਮੁਕਾਬਲਾ ਪੂਰੀ ਸ਼ਕਤੀ ਨਾਲ ਕਰ ਸਕਦੇ ਹੋ ਜਾਂ ਕਰ ਰਹੇ ਹੋ ਦੇਖੋ ਬਈ ਪਹਿਲੀ ਗੱਲ ਤਾਂ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ ਆਮ ਆਦਮੀ ਪਾਰਟੀ ਜਿਹੜੀ ਜਿਹੜੀ ਸੋਚ ਤੇ ਚੱਲ ਰਹੀ ਹੈ ਉਹ ਪੰਜਾਬ ਵਿਰੋਧੀ ਸੋਚ ਹੈ ਉਹਨਾਂ ਦੀ ਠੀਕ ਹੈ ਜੀ ਅ ਕੇਜਰੀਵਾਲ ਸਾਹਿਬ ਇੱਥੇ ਦੇਖੋ ਦੰਗੇ ਹੁੰਦੇ ਆ ਦਿੱਲੀ ਦੇ ਵਿੱਚ ਹੁੰਦੇ ਆ ਪੰਜਾਬ ਦੇ ਵਿੱਚ ਕਦੇ ਦੰਗਾ ਨਹੀਂ ਹੁੰਦਾ ਇੱਥੇ ਲੜਾਈ ਹੋ ਜਾਂਦੀ ਹੈ ਭਾਈਚਾਰਿਆਂ ਦੇ ਵਿੱਚ ਆਪਸ ਚਾਣਾ ਇੱਥੇ ਆ ਕੇ ਉਹ ਤਰੰਗਾ ਯਾਤਰਾ ਕੱਢ ਰਿਹਾ ਉਹਦਾ ਕੀ ਮਤਲਬ ਹੈਗਾ ਕੀ ਕੀ احساس ਕਰਾਉਣਾ ਚਾਹੁੰਦੇ ਆ ਵੀ ਇੱਥੇ ਅਸ਼ਾਂਤੀ ਫੈਲੀ ਹੋਈ ਆ ਕੀ ਆ ਮਤਲਬ ਕਿ ਮੈਨੂੰ ਇਸ ਚੀਜ਼ ਤੋਂ ਸਮਝ ਨਹੀਂ ਆਉਂਦੀ ਕਿ ਪਾਣੀਆਂ ਦੇ ਮੁੱਦੇ ਦੇ ਉੱਤੇ ਉਹ ਬਿਲਕੁਲ ਉਹਨਾਂ ਦਾ ਸਟੈਂਡ ਕਲੀਅਰ ਨਹੀਂ ਹੈਗਾ ਨਾ ਹੀ ਭਗਵੰਤ ਮਾਨ ਜੀ ਦਾ ਤੇ ਨਾ ਹੀ ਕੇਜਰੀ ਐਲ ਸਾਹ ਦਾ ਮੈਡਮ ਜੀ ਨੂੰ ਤਾਂ ਭੈਣ ਜੀ ਨੂੰ ਤਾਂ ਛੱਡੋ ਹਜੇ ਜਿੱਥੋਂ ਕੰਮ ਚੱਲਣਾ ਉਹਨਾਂ ਦੀ ਗੱਲ ਕਰਦੇ ਆ ਈਵਨ ਥੈਟ ਤਸਵੀਰ ਬਾਈ ਉਹਨਾਂ ਕੋਲੇ ਪੰਜਾਬ ਦੀ ਇਕਾਈ ਕੋਲੇ ਆਪਣਾ ਖੁੱਦ ਦਾ ਅਕਾਊਂਟ ਤੱਕ ਨਹੀਂ ਹੈਗਾਗਾ ਸਾਰੇ ਦਾ ਸਾਰਾ ਪੈਸਾ ਪੰਜਾਬੀਆਂ ਦਾ ਆਮ ਆਦਮੀ ਪਾਰਟੀ ਕੋਲੇ ਸਾਰੇ ਦਾ ਸਾਰਾ ਡੈਲੀ ਜਾਂਦਾ ਪੰਜਾਬ ਦੀ ਇਕਾਈ ਕੋਲੇ ਆਪਣਾ ਅਕਾਊਂਟ ਨਹੀਂ ਜੇ ਬਾਹਰੋਂ ਪੈਸਾ ਆਉਂਦਾ ਉਹ ਵੀ ਉੱਥੇ ਜਾਂਦਾਗਾ ਕਿਹੜੇ ਇਨਕਲਾਬ ਦੀ ਗੱਲ ਕਰਦੇ ਆ ਉਹ 70 ਤੋਂ 80 ਸੀਟਾਂ ਉਹਨਾਂ ਨੇ ਕਾਂਗਰਸੀਆਂ ਤੇ ਅਕਾਲੀਆਂ ਨੂੰ ਦਿੱਤੀਆਂ ਹੋਈਆਂ ਐਸਾ ਉਹਨਾਂ ਕੋਲੇ ਕਿਹੜਾ ਅਹਿਰਜਾ ਫਾਰਮੂਲਾ ਕਿ ਉਹਨਾਂ ਕੋਲੇ ਆ ਕੇ ਬੰਦਾ ਘੰਟੇ ਚ ਇਨਕਲਾਬੀ ਬਣ ਜਾਂਦਾਗਾ ਉਦੋਂ ਪਹਿਲਾਂ ਉਹ ਕਰਪਟ ਹੁੰਦਾਗਾ ਦੱਸੋ ਕਿੰਨੀਆਂ ਸੀਟਾਂ ਉਹਨਾਂ ਨੇ ਵੇਚੀਆਂ ਨਹੀਂ ਗਈਆਂ 4-4 5-5 ਕਰੋੜ ਰੁਪਇਆ ਲੇਤਾ ਸਾਨੂੰ ਬਾਖੂਬੀ ਸਾਰੀਆਂ ਗੱਲਾਂ ਦਾ ਪਤਾ ਹੈਗਾ ਜੀ ਇਹ ਇਹ ਸਾਰੇ ਤੁਹਾਡੇ ਕੋਲ ਸਬੂਤ ਹੈਗੇ ਸਾਰੇ ਕਹਿੰਦੇ ਰਾਜੇਵਾਲ ਸਾਹਿਬ ਵੀ ਕਹਿ ਰਹੇ ਆ ਪਰ ਉਹ ਜਦੋਂ ਸਬੂਤ ਦੀ ਗੱਲ ਆਉਂਦੀ ਆ ਫਿਰ ਚੁੱਪ ਕਰ ਜਾਂਦੇ ਆ ਬਾਈ ਦਕੋਮਾ ਇਹ ਕਈ ਗੱਲਾਂ ਦਾ ਨਾ ਸਬੂਤ ਨਹੀਂ ਹੁੰਦਾਗਾ ਸਬੂਤ ਤਾਂ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਪਈਆਂ ਨੇ ਹੁਣ ਕੀ ਕਹੀਏ ਕੱਢ ਕੇ ਲਿਆ ਕੇ ਕਿਹਾ ਆ ਇਹਨਾਂ ਪੈਸਾ ਦਿੱਤਾ ਪਰ ਸ਼ਰਿਆਮ ਪਤਾ ਇਹਨਾਂ ਗੱਲਾਂ ਦਾ ਲੋਕਾਂ ਨੂੰ ਲੋਕਾਂ ਦੇ ਵਿੱਚ ਵੀ ਇਹ ਗੱਲਾਂ ਹੋ ਚੁੱਕੀਆਂ ਨੇ ਹੁਣ ਅੱਜ ਦੀ ਇਹ ਅੱਜ ਦੀ ਕੋਈ ਨਵੀਂ ਗੱਲ ਨਹੀਂ ਬਾਈ ਇਹ ਬਹੁਤ ਸਾਰੇ ਅਹਰ ਜੇ ਮਤਲਬ ਕਿ ਜਿੱਥੋਂ ਸਾਡੇ ਕਈ ਵਾਰ ਮੇਰੇ ਕਈ ਦੋਸਤ ਰਹੇ ਆ ਆਮ ਆਦਮੀ ਪਾਰਟੀ ਦੇ ਵਿੱਚ ਨਾ ਪੰਜਾਬ ਯੂਨੀਵਰਸਿਟੀ ਦੇ ਚੰਗੇ ਲੀਡਰ ਰਹੇਗੇ ਕਿਸੇ ਦੀ ਬਾਤ ਨਹੀਂ ਪੁੱਛੀ ਗਈ ਜਿਹੜੇ ਕਿ ਲਾਇਲ ਬੰਦੇ ਆਗੇ ਸੋਸਾਇਟੀ ਪ੍ਰਤੀ ਲੋਕਾਂ ਪ੍ਰਤੀ ਚੰਗੇ ਇਨਸਾਨ ਨੇ ਜਿਹੜੇ ਕਿਸੇ ਦੀ ਕਦਰ ਨਹੀਂ ਕੀਤੀ ਔਰ ਉਹ ਉਹਨਾਂ ਲੋਕਾਂ ਦੇ ਵਿੱਚ ਚੁਣਿਆ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਪਹਿਲੇ ਲੋਕਾਂ ਦੇ ਵਿੱਚੋਂ ਆਉਂਦੇ ਆ ਪੰਜਾਬ ਦੇ ਵਿੱਚੋਂ ਉਹਨਾਂ ਦੇ ਜਿਹੜੇ ਆਪੋਜ਼ਿਟ ਲੋਕ ਬੈਠੇ ਸੀ ਉਹ ਪੈਸੇ ਦੇ ਸਿਰ ਤੇ ਸੀਟਾਂ ਲੈ ਕੇ ਗਏ ਆ ਹੁਣ ਕਿੱਥੋਂ ਅਸੀਂ ਸਬੂਤ ਕੀ ਲੈ ਕੇ ਆਏ ਇਹ ਤੋਂ ਵੱਡੇ ਸਬੂਤ ਕੀ ਹੋਣਗੇ ਸ਼ਰਿਆਂ ਪਤਾ ਕਿ ਪੈਸਾ ਲੈ ਕੇ ਉਹਨਾਂ ਨੇ ਸੀਟ ਦਿੱਤੀ ਹੈਗੀ ਇਹ ਸਾਰੀਆਂ ਗੱਲਾਂ ਤਮਾਮ ਲੋਕਾਂ ਨੂੰ ਸਾਰੀਆਂ ਪਾਖੂ ਵੀ ਪਤਾ ਲੱਗੀਆਂ ਜਸਵੀਰ ਭਾਈ ਇਹਦੇ ਚ ਕੋਈ ਸਬੂਤ ਦੀ ਮੁੰਨਾ ਲੋਡ ਨਹੀਂ ਹੈਗੀ ਲੋਕਾਂ ਤੁਹਾਡੇ ਤੁਹਾਡੇ ਹਲਕੇ ਚ ਬੀਬੀ ਬਲਜਿੰਦਰ ਕੌਰ ਅੱਜ ਤੋਂ 1.5-2 ਸਾਲ ਪਹਿਲਾਂ ਲਾ ਲਈਏ ਤਾਂ ਇਦਾਂ ਜੱਬਦਾ ਹੁੰਦਾ ਵੀ ਸ਼ਾਇਦ ਬੀਬੀ ਬਲਜਿੰਦਰ ਕੌਰ ਜਿਹੜੇ ਆ ਉਹ ਸੀਐਮ ਦੇ ਦਾਵੇਦਾਰ ਬਣ ਜਾਣਗੇ ਇਸ ਤਰ੍ਹਾਂ ਦੀ ਦਾਵੇਦਾਰੀ ਜਾਂ ਉਹਨਾਂ ਦਾ ਲੱਗਦਾ ਸੀ ਬੋਲ ਬਲਈਆ ਪਰ ਕਾਫੀ ਚਿਰ ਜਿਹੜਾ ਮਾਹੌਲ ਜਾ ਤੁਹਾਡਾ ਜਿਹਾ ਪਰਵਾਹ ਕੀ ਜੇ ਫਿਰ ਭਗਵੰਤ ਮਾਨ ਨੂੰ ਕਿਹਾ ਵੀ ਲੈ ਪਈ ਪੰਜਾਬ ਦਾ ਸ਼ੇਰ ਤੂੰ ਬਣਨਾ ਜੇ ਜਿੱਤ ਗਿਆ ਤੇ ਸਰਕਾਰ ਤੇਰੀ ਭਾਈ ਤਾਂ ਕੀ ਲੱਗਦਾ ਇਸ ਹਲਕੇ ਦੇ ਵਿੱਚ ਵੀ ਕੋਈ ਆਮ ਆਦਮੀ ਪਾਰਟੀ ਦਾ ਬੀਬੀ ਬਲਜਿੰਦਰ ਕੌਰ ਦੇ ਕਦ ਦਾ ਜਾਉ ਦਾ ਵੱਧ ਜਾ ਉਦੋਂ ਵੱਧ ਮਿਹਨਤੀ ਕੋਈ ਸੀਗਾ ਵਰਕਰ ਜਿਹਦੀ ਟਿਕਟ ਨਾਂ ਦੇ ਕੇ ਇਹਨੂੰ ਚੁਣਿਆ ਤੁਹਾਨੂੰ ਇਸ ਤਰ੍ਹਾਂ ਦੀ ਗੱਲ ਥੱਲੇ ਲੋਕਾਂ ਚ ਸੁਣੀ ਹੈ ਬਿਲਕੁਲ ਹੈਗਾ ਵੀਰ ਜੀ ਲੇਲੇ ਵਾਲੇ ਪਿੰਡ ਤੋਂ ਹੈਗਾ ਕਿਉਂਕਿ ਅੱਜ ਦੇ ਸਮੇਂ ਦੇ ਉੱਤੇ ਬੰਦਾ ਉਹ ਸਾਇਲੈਂਟ ਬੈਠਾਗਾ ਬਹੁਤ ਚੰਗਾ ਗਰਦੀਪ ਸਿੰਘ ਤੂਰ ਐਸਾ ਇੱਕ ਐਸਾ ਲੀਡਰ ਸੀਗਾ ਆਮ ਆਦਮੀ ਪਾਰਟੀ ਕੋਲੇ ਜਿਹਨੂੰ ਲੋਕ ਚਾਹੁੰਦੇ ਸੀਗੇ ਆਪੋਜ਼ ਕਰਨਾ ਆਪ ਨਾਲ ਪ੍ਰਪੋਜ਼ ਕੀਤਾ ਲੋਕਾਂ ਨੇ ਕਿ ਇਹਨੂੰ ਭੇਜੋ ਭਾਈ ਮੋਟਰਸਾਈਕਲ ਦੇ ਉੱਤੇ ਚੱਲਣ ਵਾਲਾ ਬੰਦਾ ਹਰ ਇੱਕ ਦੀ ਬਾਹ ਫੜਨ ਵਾਲਾ ਬੰਦਾ ਅੱਜ ਉਹ ਬਿਲਕੁਲ ਚੁੱਪ ਕਰਕੇ ਬੈਠਾਗਾ ਉਹਨੂੰ ਟਿਕਟ ਦਿੱਤੀ ਆ ਆਪਣੇ ਦੇ ਜੋਰ ਦੇ ਉੱਤੇ ਇੱਥੇ ਵੀ ਪੈਸੇ ਦੇ ਜੋਰ ਦੇ ਉੱਤੇ ਚੱਲਿਆ ਲੈਦਾ ਵੀ ਬੀਬੀ ਬਲਜਿੰਦਰ ਕੌਰ ਵੀ ਟਿਕਟ ਪੈਸੇ ਦੇ ਦੌਰ ਤੇ ਲੈ ਆ ਬਸ ਬਾਈ ਸਾਰਾ ਕੁਝ ਹੀ ਆ ਕੀ ਕਹੀਏ ਹਨਾ ਪਰ ਆਪਾਂ ਨੂੰ ਤਾਂ ਚੰਗੀ ਨਹੀਂ ਲੱਗੀ ਗੱਲ ਦੇਖੋ ਮੇਰੇ ਪਿੰਡ ਦੇ ਅਗੇ ਉਹ ਇੱਕ ਐਸਾ ਜੋਧਾ ਸੀਗਾ ਸਾਡੇ ਪਿੰਡ ਦਾ ਇਹਨਾਂ ਦੇ ਚਾਚਾ ਜੀ ਦਾ ਹਨਾ ਅਸੀਂ ਸਾਡੇ ਸਾਡੇ ਹੀਰੋ ਆ ਉਹ ਲੋਕ ਸਾਡੇ ਨਾਇਕ ਨੇ ਠੀਕ ਹੈ ਜੀ ਉਹ ਚਲੋ ਉਸ ਉਸ ਸਮੇਂ ਦੇ ਉੱਤੇ ਉਹਨਾਂ ਦਾ ਇੰਕਾਊਂਟਰ ਹੋਇਆ ਠੀਕ ਹੈ ਜੀ ਅੱਜ ਇਹ ਵਿਵਾਜੀਪਤਾ ਕੀ ਕਹਿ ਰਿਹਾ ਕਹਿੰਦੇ ਕਿ ਮੇਰਾ ਕੀ ਕਸੂਰ ਆ ਜੇ ਮੈਂ ਉਸ ਘਰ ਦੇ ਵਿੱਚ ਜੰਮੀ ਆ ਜਿਸ ਜਿਨ੍ਹਾਂ ਲੋਕਾਂ ਨੂੰ ਅਸੀਂ ਨਾਇਕ ਮੰਨਦੇ ਆ ਮੈਂ ਸ਼ਰੇਆਮ ਕਹਣਾਗਾ ਅਸੀਂ ਉਹਦੀ ਅਸੀਂ ਉਸ ਬੰਦੇ ਤੇ ਹਮਾਇਤੀ ਆਗੇ ਠੀਕ ਆ ਤੇ ਇਹ ਅੱਜ ਜਿਹੜਾ ਆਪਦੇ ਚਾਚਾ ਜੀ ਬਾਰੇ ਆਪਦੇ ਮਤਲਬ ਕਿ ਆਪਦੇ ਪੁਰਖਿਆਂ ਬਾਰੇ ਜਿਹੜੇ ਅੱਜ ਡਿਨਾਈ ਕਰ ਰਿਹਾ ਗੱਲਾਂ ਨੂੰ ਉਹਨਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਆ ਕੱਲ ਨੂੰ ਲੋਕਾਂ ਤੋਂ ਕੀ ਉਹ ਲੋਕਾਂ ਦੇ ਵਿੱਚ ਕੀ ਕਹਿਣਗੇ ਜਿਹੜੇ ਆਪਦੇ ਘਰਦਿਆਂ ਨੂੰ ਬਈ ਜੀ ਡਿਨਾਈ ਕਰ ਰਿਹਾ ਕਿ ਮੈਂ ਮੇਰਾ ਕਸੂਰ ਕੀ ਆ ਜੇ ਮੈਂ ਉਹਨਾਂ ਦੇ ਘਰ 'ਚ ਜੰਮੀ ਆ ਤੇ ਸਾਨੂੰ ਉਹਨਾਂ ਲੋਕਾਂ ਦੇ ਫਕਰ ਹੁੰਦਾਗਾ ਜੀ ਥੋੜਾ ਜਿਹਾ ਪਿੱਛੇ ਜਾਈਏ ਜਦੋਂ ਆਵਾਮਾ ਦੀ ਪਾਰਟੀ ਅਜ ਜੰਮੀ ਨਹੀਂ ਸੀ ਹੋਂਦ 'ਚ ਨਹੀਂ ਸੀ ਆਈ ਤਾਂ ਬੀਬੀ ਜੀ ਦੇ ਪਿਤਾ ਜੀ ਦਰਸ਼ਨ ਸਿੰਘ ਜੀ ਜਾਂ ਹੋਰ ਜਿਹੜੇ ਆ ਉਹ ਖੁਦ ਜਿਹੜਾ ਹੈਗਾ ਪੰਚ ਪ੍ਰਧਾਨੀ ਪਾਰਟੀ ਹੁੰਦੀ ਸੀ ਸਰਦਾਰ ਦਲਜੀਤ ਸਿੰਘ ਬਿੱਟੂ ਦੇ ਬੜੇ ਸਰਗਰਮ ਐਕਟਿਵ ਮੈਂਬਰ ਸੀਗੇ ਔਰ ਉਦੋਂ ਉਹਨਾਂ ਦੀ ਜਿਹੜੀ ਆਪਣੇ ਭਾਈ ਸ਼ਹੀਦ ਜੀ ਦੀ ਤਸਵੀਰ ਲਾ ਕੇ ਉਹਨਾਂ ਦਾ ਨਾਮ ਲੈ ਕੇ ਪ੍ਰਚਾਰ ਕਰਦੇ ਸੀ ਦੰਦੇ ਪਰਿਵਾਰ ਆ ਤਾਂ ਹੁਣ ਉਹਨਾਂ ਤੋਂ ਮੁੱਕਰ ਜਾਣਾ ਇਹਦੇ ਪਿੱਛੇ ਕੋਈ ਲਾਲਚ ਹੈ ਜਾਂ ਕੋਈ ਡਰਾ ਬੀਬੀ ਜੀ ਦਾ ਕੀ ਲੱਗਦਾ ਦੇ ਕੋ ਬਾਜੀ ਸ਼ਰਿਆਮ ਪਤਾ ਲੋਕਾਂ ਨੂੰ ਕਿ ਜਿਹੜੀ ਇਹ ਆਮ ਆਦਮੀ ਪਾਰਟੀ ਆ ਆਰਐਸਐਸ ਦੀ ਬੀਟੀਮਾ ਹੈ ਔਰ ਆਰਐਸਐਸ ਦਾ ਬੋਲਬਾਲਾ ਸਾਰੇ ਸਾਡੇ ਏਰੀਏ ਦੇ ਵਿੱਚ ਵੀ ਹੈਗਾ ਲੋਕਾਂ ਨੂੰ ਭਲੀ ਭਾਂਤ ਪਤਾ ਇਹਨਾਂ ਗੱਲਾਂ ਤੋਂ ਅਲਾਕਾ ਇਹ ਨਹੀਂ ਹੈ ਕਿ ਅਣਜਾਣ ਆ ਆਰਐਸਐਸ ਦੀਆਂ ਡੂੰਘੀਆਂ ਜੜ੍ਹਾਂ ਨੇ ਇਸ ਮਸਲੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋ ਜਾਣਾ ਕਿ ਆਰਐਸਐਸ ਦਾ ਕਿੱਥੋਂ ਤੱਕ ਸਾਡੇ ਪਿੰਡ ਤੱਕ ਵੀ ਪਹੁੰਚੇਗੀ ਉਹਨਾਂ ਦੀ ਤਾਂ ਇਹ ਚੀਜ਼ਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ ਇਸ ਕਰਕੇ ਹੁਣ ਉਹ ਜਿਹੜੀਆਂ ਸ਼ਹੀਦਾਂ ਵਾਲਾ ਉਹ ਚਾਹੇ ਕਿਸੇ ਨੇ ਤਾਂ ਇਹ ਕਹਿ ਲਓ ਵੀ ਬਾਹ ਮਰੂੜ ਕੇ ਕਹਾਲੀ ਗੱਲ ਤੇ ਚਾਹੇ ਇਹਨਾਂ ਦੇ ਆਪ ਦੇ ਦਿਲੋਂ ਨਿਕਲ ਗਈ ਉਹ ਜਿਸ ਤਰੀਕੇ ਵੀ ਨਾਲ ਵੀ ਨਿਕਲੀ ਆ ਪਰ ਉਹ ਗੱਲ ਤਾਂ ਗੱਲ ਜਿਵੇਂ ਬੀਬੀ ਬਲਜਿੰਦਰ ਕੌਰ ਜਾਂ ਇਹਨਾਂ ਦਾ ਜਿਹੜਾ ਹੁਣ ਆਰਐਸਐਸ ਨਾਲ ਜਿਹੜਾ ਕਿ ਸਬੰਧ ਹੈਗੇ ਆ ਜਦੋਂ ਬਾਈ ਜੀ ਆਮ ਆਦਮੀ ਪਾਰਟੀ ਆਪ ਆਪ ਮੰਨਦੇ ਆ ਕਿ ਕੇਜਰੀਵਾਲ ਸਾਹਿਬ ਕਿ ਮੈਂ ਆਰਐਸਐਸ ਦੇ ਵਿੱਚੋਂ ਮਤਲਬ ਕਿ ਉਹਨਾਂ ਨਾਲ ਮੇਰਾ ਸੰਬੰਧ ਤਾਂ ਕਿ ਮੈਂ ਫਕਰ ਦੇ ਨਾਲ ਮੰਨਦਾ ਕਿ ਮੇਰੇ ਫਾਦਰ ਸਾਹਿਬ ਔਰ ਮੈਂ ਅਸੀਂ ਆਰਐਸਐਸ ਤੋਂ ਹੈਗੇ ਆ ਤਾਂ ਇਹ ਨਾਲ ਹੀ ਨੇ ਇਹ ਬਾਈ ਜੀ ਦੂਰ ਨਹੀਂ ਹੈਗੇ ਇਹ ਆ ਜਾਣੀਆਂ ਗੱਲਾਂ ਬਾਹਰ ਆ ਜਾਣੀਆਂ ਕੋਈ ਚੱਕਰ ਵਾਲੀ ਗੱਲ ਨਹੀਂ ਗਈ ਜਿਹੜੀਆਂ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਲੋਕ ਬੇਸ਼ੱਕ ਸਿਆਸੀ ਪਾਰਟੀਆਂ ਸਾਰੀਆਂ ਦਾਅਵੇ ਕਰਦੀਆਂ ਲੋਕਾਂ ਨੂੰ ਨਾਲ ਵੀ ਲਈ ਫਿਰਦੀਆਂ ਝੰਡੇ ਵੀ ਚੁੱਕੇ ਆ ਪਰ ਪੰਜਾਬ ਦੇ ਲੋਕ ਇੰਨਾ ਕਿ ਮੈਂ ਵੇਖਿਆ ਪੀ ਹਿੰਦੂ ਤਵਾਦ ਦੀ ਗੱਲ ਨੂੰ ਤੇ ਪਸੰਦ ਨਹੀਂ ਕਰਦੇ ਪੰਜਾਬ ਦੇ Hindu ਵੀ ਬਣ ਕੇ ਜਿਹੜੇ ਸਮਝਦਾਰ ਜਿਹੜੇ ਚੰਗੇ ਲੋਕ ਹਨ ਆਪਣੀ ਕਰਕੇ ਖਾਣ ਵਾਲੇ ਉਹ ਕਹਿੰਦੇ ਵੀ ਸਾਨੂੰ ਉਹ ਪੰਜਾਬ ਚਾਹੀਦਾ ਪੰਜਾਬ ਨਾ Hindu ਨਾ Musalman ਪੰਜਾਬ ਜੀਵ ਦਾ ਗੁਰਾਂ ਦੇ ਨਾਂ ਤੇ ਵਾਲਾ ਪੰਜਾਬ ਚਾਹੀਦਾ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਲੋਕ ਇਹਨਾਂ ਨੂੰ ਸਵਾਲ ਕਰਨਗੇ ਵੀ ਤੁਸੀਂ ਤਾਂ ਉਹਨਾਂ ਦੇ ਵੀ ਟੀਮ ਹੋ ਬਹੁਤ ਸੰਗਾ ਦੀ ਹੋਂ ਵੀ ਲੱਗੇ ਬਾਈ ਹਨਾ ਹੁਣ ਉਹ ਵਿਸ਼ਵਾਸ ਨਹੀਂ ਕਰਦੇ ਕੇਜਰੀਵਾਲ ਜਿਹੜੇ ਕੇਜਰੀਵਾਲ ਜਿਹੜ ਸੁਪਨੇ ਦਿਖਾਉਂਦਾ ਸੀ ਨਾ ਲੋਕਾਂ ਨੂੰ ਅੱਜ ਪੰਜਾਬੀਆਂ ਨੂੰ ਭਲੀ ਭਾਂਤ ਪਤਾ ਚਾਹੇ ਉਹ ਹਿੰਦੂ ਆ ਤੇ ਚਾਹੇ ਕੋਈ ਵੀ ਉਹਨੂੰ ਪਤਾ ਕਿ ਇਸ ਇਨਸਾਨ ਨੇ ਕੱਲ ਨੂੰ ਕੀ ਕਰਨਾਗਾ ਜੋ ਜਿਸ ਤਰੀਕੇ ਦਾ ਕੰਮ ਭਾਜਪਾ ਕਰਦੀਆ ਉਹੀ ਲਾਈਨ ਆਫ ਐਕਸ਼ਨ ਹੈ ਇਸ ਬੰਦੇ ਦਾ ਵੀ ਠੀਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਬਾਖੂਬੀ ਇਹ ਇਹਦਾ ਸਾਰਾ ਕੁਝ ਹੈ ਜਿਹੜਾ ਲੋਕਾਂ ਨੂੰ ਪਤਾ ਲੱਗ ਚੁੱਕਿਆ ਹੁਣ ਗੱਲ ਪਤਾ ਕੀ ਹੋਗੀ ਲੋਕਾਂ ਨੂੰ ਜਿਸ ਤਰੀਕੇ ਨਾਲ ਭਗਵੰਤ ਮਾਨ ਨੂੰ ਇਹਨਾਂ ਨੇ ਸੀਐਮ ਬਣਾਇਆਗਾ ਮੈਂ ਕਹਣਾ ਬਾਈ ਜੀ ਜੇ ਕੋਈ ਜੇ ਕੋਈ ਮਾੜੀ ਜੀ ਅਣਖੇਜਿਤ ਗੈਰਤ ਵਾਲਾ ਬੰਦਾ ਹੋਵੇ ਨਾ ਤੇ ਪਾਰਟੀ ਛੱਡ ਕੇ ਬਾਹਰ ਚਲਾ ਜਾਵੇ ਜਿੰਨੀ ਜਲਾਲ ਉਸ ਇਨਸਾਨ ਨੇ ਸਹਿ ਕੇ ਅੱਜ ਇੱਥੇ ਬੈਠਾਗਾ ਮੈਂ ਕਹਣਾ ਬਾਈ ਜੀ ਉਹਦੇ ਤੋਂ ਕੋਈ ਉਮੀਦ ਨਹੀਂ ਹੈਗੀ ਸਾਨੂੰ ਹੋਰ ਕਿੰਨੇ ਕਿੰਨੇ ਚੰਗੇ ਆਗੂ ਸੀਗੇ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਰਿਹਾ ਇੱਥੇ ਡਾਕਟਰ ਧਰਮਵੀਰ ਗਾਂਧੀ ਤੋਂ ਲੈ ਕੇ ਫੂਲਕਾ ਸਾਹਿਬ ਵਰਗੇ ਕਿੰਨੇ ਚੰਗੇ ਚੰਗੇ ਇਨਸਾਨ ਸੀ ਉਹ ਕਿਉਂ ਛੱਡ ਕੇ ਚਲੇ ਗਏ ਕਦੇ ਕਿਸੇ ਨੇ ਪੁੱਛੀ ਆ ਗੱਲ ਕਿੰਨੇ ਆਗੂ ਚਲੇ ਗਏ ਇਹ ਇਕੱਲਾ ਬੰਦਾ ਬੈਠਾਗਾ ਬਸ ਮੈਂ ਕਹਣਾ ਮਾਨ ਸਾਹਿਬ ਥੋੜੀ ਜੀ ਅਣਖ ਰੱਖੋ ਇੱਜਤ ਲੋਕਾਂ ਦੇ ਲੋਕਾਂ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਕਿ ਇਹ ਇਹ ਅਹੁਦੇਦਾਰੀਆਂ ਦੇ ਲਈ ਇੰਨਾ ਵੀ ਗਿਰ ਜਾਣਾ ਕਿਸੇ ਨੇ ਥੱਲੇ ਡਿੱਗ ਪੈਣਾ ਹਨਾ ਤਾਂ ਉਹ ਸਾਰੀਆਂ ਗੱਲਾਂ ਸ਼ਰਿਆਮ ਲੋਕਾਂ ਨੂੰ ਪਤਾ ਲੱਗ ਚੁੱਕੀਆਂ ਨੇ ਕੇਜਰੀਵਾਲ ਸਾਹਿਬ ਬਾਰੇ ਕਿ ਕਿਸ ਤਰੀਕੇ ਦੇ ਨਾਲ ਇਹ ਚੱਲਦੇ ਨੇ ਪੰਜਾਬ ਦੇ ਲੋਕਾਂ ਨੂੰ ਕਿੰਨਾ ਕੋ ਪਿਆਰ ਕਰਦੇ ਨੇ ਕਿੰਨਾ ਕੋ ਪੰਜਾਬ ਦੇ ਲੋਕਾਂ ਨੂੰ ਵਰਤ ਕੇ ਇੱਥੇ ਸਰਕਾਰ ਬਣਾ ਕੇ ਇਹਨਾਂ ਦਾ ਪੈਸਾ ਗੋਲ ਕਰਕੇ ਇਹਨਾਂ ਦਾ ਪਾਣੀ ਲਿ ਜਾ ਕੇ ਹਰਿਆਣਾ ਸਰਕਾਰ ਬਣਾਉਣ ਨੂੰ ਫਿਰਦੇ ਆ ਦਿੱਲੀ ਦੇ ਵਿੱਚ ਕ੍ਰੈਡਿਟ ਲੈਨ ਨੂੰ ਫਿਰਦੇ ਇਹ ਚੀਜ਼ਾਂ ਦਾ ਸੋ ਮੇਰੀ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਕਿ ਇਸ ਚੀਜ਼ ਤੋਂ ਇਹਨਾਂ ਤੋਂ ਲੋਕਾਂ ਤੋਂ ਬਚੋ ਜੇ ਤੁਸੀਂ ਪਹਿਲਾਂ ਦੋ ਲੋਕਾਂ ਦੇ ਜੇ ਅਕਾਲੀਆਂ ਤੇ ਕਾਂਗਰਸੀਆਂ ਬਾਰੇ ਤੁਹਾਨੂੰ ਚੰਨਣਾ ਹੈਗਾ ਹਣਾ ਅੱਜ ਸਰੇਆਮ ਪਤਾ ਹੋ ਕਿ ਉਹਨਾਂ ਦੇ ਲੋਕ ਵਿਸ਼ਵਾਸ ਨਹੀਂ ਕਰਦੇ ਕਰਨਾ ਵੀ ਨਹੀਂ ਚਾਹੀਦਾ ਜੋ ਉਹਨਾਂ ਨੇ ਐਕਟ ਕੀਤਾ ਪਿਛਲੇ 70 ਸਾਲਾਂ ਚ ਬਟ ਇਹ ਉਹਨਾਂ ਤੋਂ ਵੀ ਮਾੜਿਆ ਮੈਂ ਸ਼ਰਿਆਮ ਗੱਲ ਕਹਿਣਾ ਬਈ ਤੁਸੀਂ ਆਮ ਆਦਮੀ ਪਾਰਟੀ ਬਾਰੇ ਬੜਾ ਸਖਤ ਸ਼ਬਦਾਂ ਵਾਲੀ ਵੀ ਵਰਤ ਰਹੇ ਹੋ ਔਰ ਇਦਾਂ ਕਹਿ ਰਹੇ ਵੀ ਕਾਫੀ ਉਹਨਾਂ ਨੂੰ ਐਕਸਪੋਜ਼ ਕਰ ਰਹੇ ਹੋ ਇਦਾਂ ਕਹ ਲਓ ਆਪਣੇ ਤਰੀਕੇ ਦੇ ਨਾਲ ਤੇ ਪਿਛਲੇ ਦਿਨੀਂ ਅਖਬਾਰਾਂ 'ਚ ਵੀ ਚਰਚਾ ਚੱਲਦੀ ਰਹੀ ਹੈ ਔਰ ਰਾਜੀਵਾਲ ਸਾਹਿਬ ਦੇ ਸੱਜੇ ਖੱਬੇ ਬੈਠਣ ਵਾਲੇ ਲੋਕ ਵੀ ਕਹਿੰਦੇ ਨੇ ਵੀ ਰਾਜੀਵਾਲ ਨੂੰ ਆਮ ਆਦਮੀ ਪਾਰਟੀ ਨਾਲ ਗੱਲਬਾਤ ਚੱਲਦੀ ਸੀ ਪੈਨੂੰ ਸੀਐਮ ਦਾ ਚਿਹਰਾ ਐਲਾਨ ਦੇ ਦੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਵੀ ਕੋਈ ਸੀਟਾਂ ਲੈ ਜਾਂਦੇ ਆ ਦਾਵੇਦਾਰੀ ਹੈ ਰਾਜ ਸਭਾ ਕਹਿੰਦੇ ਵੀ ਸਰਕਾਰ ਬਣਾਵਾਂਗੇ ਉਹ ਲੋਕ ਫਤਵਾ ਦੇਣਗੇ ਤੁਹਾਨੂੰ ਕਿੰਨੀ ਕੁ ਮਿਲਦੀ ਐ ਤੁਹਾਡੀਆਂ ਸ਼ੁਭੇ ਸ਼ਾਮਾਂ ਤੁਹਾਨੂੰ ਜੇ ਆਉਣ ਵਾਲੇ ਸਮੇਂ 'ਚ ਕਿਸਾਨ ਜਿਹੜਾ ਹੈਗਾ ਸੀਟਾਂ ਲੈ ਜਾਂਦਾ ਆਮ ਆਦਮੀ ਪਾਰਟੀ ਨਾਲ ਗਠਜੋੜ ਹੋ ਗਿਆ ਤੁਹਾਡੇ ਜਿਹੜੇ ਦਾਅਵੇ ਐ ਤੁਹਾਡੀਆਂ ਦਿੱਤੀਆਂ ਗਈਆਂ ਬਿਆਨਬਾਜ਼ੀ ਕਿੱਧਰ ਜਾਓ ਦੇਖੋ ਉਸਵੀਰ ਭਾਈ ਜਿਹੜਾ ਮੇਰਾ ਸਟੈਂਡ ਆ ਉਹ ਕਲੀਅਰ ਰਹੂਗਾ ਜੇ ਮੈਂ ਦੇਖੋ ਮੈਂ ਪੰਜਾਬ ਦਾ ਪੁੱਤਾਂ ਤੇ ਮੈਂ ਪੰਜਾਬ ਦੀ ਗੱਲ ਕਰੂੰਗਾ ਠੀਕ ਆ ਜੇ ਲੋਕ ਜਿਸ ਤਰੀਕੇ ਨਾਲ ਜੇ ਚੱਲਣਗੇ ਤੇ ਦੇਖੋ ਫਿਰ ਭਾਈ ਜੀ ਆਪਾਂ ਤਾਂ ਉਵੇਂ ਚੱਲਾਂਗੇ ਜਿਸ ਤਰੀਕੇ ਨਾਲ ਮੇਰਾ ਅੱਜ ਸਟੈਂਡ ਐ ਜੇ ਅਗਲੇ ਨਹੀਂ ਬਦਲਣਗੇ ਨਾ ਤੇ ਬਦਲੂਗਾ ਮੈਂ ਵੀ ਨਹੀਂ ਤੁਹਾਨੂੰ ਲੱਗਦਾ ਵੀ ਰਾਜੇ왈 ਸਾਹਿਬ ਬਦਲ ਸਕਦੇ ਆ ਨਹੀਂ ਰਾਜੇ왈 ਸਾਹਿਬ ਦੀ ਗੱਲ ਨਹੀਂ ਕਰਦਾ ਜੇ ਸਾਡੇ ਨਾਲ ਆ ਕੇ ਆਮ ਆਦਮੀ ਪਾਰਟੀ ਕੱਲੂ ਸਲੋ ਸਾਡਾ ਗੱਠ ਜੋੜ ਹੁੰਦਾ ਜੇ ਅਸੀਂ ਇਕੱਠੇ ਹੁੰਨੇ ਆ ਜੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਜੇ ਉਹਨਾਂ ਦਾ ਰਵਈਆ ਬਦਲੂਗਾ ਪੰਜਾਬ ਪੱਖੀ ਹੋਣਗੇ ਤਾਂ ਮੈਂ ਉਹਨਾਂ ਦੇ ਫੇਵਰ ਵੀ ਕਰੂੰਗਾ ਸਰਕਾਰ ਬਣਾਉਣ ਖਾਤਰ ਇੱਕ ਵਾਰੀ ਕਹਿਤਾ ਫੇਰ ਨਹੀਂ ਨਹੀਂ ਬਾਈ ਜੀ ਦੇਖੋ ਮੈਂ ਮੈਨੂੰ ਜੋ ਅੱਜ ਮੈਂ ਕਿਹਾਗਾ ਮੈਂ ਉਮੀ ਰਹੂੰਗਾ ਮੈਨੂੰ ਮੈਨੂੰ ਮਰਨਾ ਮਨਜ਼ੂਰ ਹੈ ਫਿਰ ਮੈਂ ਪਿੱਛੇ ਹਟ ਜੂਗਾ ਪਰ ਮੈਂ ਪੰਜਾਬ ਦੇ ਨਾਲ ਗਦਾਰੀ ਨਹੀਂ ਕਰ ਸਕਦਾ ਇਹ ਤੋਂ ਵੱਡੀ ਸਖੀਤ ਬਰਾੜ ਲਈ ਕੋਈ ਚੀਜ਼ ਨਹੀਂ ਹੈਗੀ ਕਿ ਰਾਜਨੀਤੀ ਤਾਂ ਬਹੁਤ ਛੋਟੀ ਚੀਜ਼ ਹੈਗੀ ਮੈਂ ਤਾਂ ਆਇਆ ਇਸ ਕਰਕੇ ਇਹਦੇ ਚ ਤੇ ਜੇ ਮੈਂ ਇਹ ਚੀਜ਼ ਹੀ ਆਪਦੀ ਛੜਤੀ ਫਿਰ ਮੇਰੇ ਇਹਦੇ ਚਾਉਣ ਦਾ ਫਾਇਦਾ ਕੀ ਹੈ ਮੈਂ ਕਰਨ ਕਰਨ ਕੀ ਆਇਆ ਇਹਦੇ ਚ ਤਾਂ ਪੰਜਾਬ ਮੇ ਨਾ ਪੰਜਾਬ ਮੁੱਦਾ ਰਹੂਗਾ ਗੁਰਾਂ ਦੀ ਦਿੱਤੀ ਇਹ ਧਰਤੀ ਸਾਡੀ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਉਹ ਐਡਾ ਐਡਾ ਵੱਡਾ ਰਤਬਾ ਸਾਡਾ ਉਹ ਕਾਇਮ ਰੱਖਣਾਗਾ ਉਹਦੇ ਤੋਂ ਬਗੁਰੂ ਤੋਂ ਬਾਹਰ ਜਾ ਕੇ ਫਿਰ ਕਰਾਂਗੇ ਕੀ ਭਾਈ ਅਸੀਂ ਤੁਸੀਂ ਕਿਸਾਨ ਧੜੇ ਦੇ ਜਿਹੜਾ ਕਿ ਨੁਮਾਇੰਦੇ ਹੋ ਕੈਂਡੀਡੇਟਾਂ ਚ ਚੁਣੇ ਹੋਏ ਸਮਾਜ ਮੋਰਚਾ ਦੇ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਨੇ ਪਹਿਲੇ ਦਿਨੋਂ ਜਗਜੀਤ ਸਿੰਘ ਡੱਲੇয়াল ਬੜੀ ਵੱਡੀ ਕਿਸਾਨ ਜਥੇਬੰਦੀ ਹੈ ਤੁਹਾਡੇ ਇਲਾਕੇ ਚ ਵੀ ਉਹਨਾਂ ਦਾ ਕਾਫੀ ਬੋਲਬਾਲਾ ਹੈ ਉਗਰਾਹਾ ਗਰੁੱਪ ਬੜੀ ਵੱਡੀ ਜਥੇਬੰਦੀ ਮਾਲਵੇ ਦੀ ਕੁਝ ਹੋਰ ਹੈਗੇ ਨੇ ਉਹਨਾਂ ਨੇ ਚੋਣਾ ਨਾਂ ਲੜਨ ਦਾ ਐਲਾਨ ਕੀਤਾ ਜਿਹੜੇ ਉਹਨਾਂ ਦੇ ਜਥੇਬੰਦੀਆਂ ਨਾਲ ਜੁੜੇ ਹੋਏ ਲੋਕ ਨੇ ਕਈ ਵਾਰ ਜਦੋਂ ਅਸੀਂ ਡਿਬੇਟ ਕਰਾਉਂਦੇ ਨਾ ਸਿਆਸੀ ਲੋਕਾਂ ਦੀ ਇੱਕ ਪਾਸੇ ਕਾਲੀ ਕਾਂਗਰਸੀ ਆ ਭਾਜਪਾ ਔਰ ਕਿਸਾਨਾਂ ਦਾ ਮੋਰਚਾ ਵੀ ਹੁੰਦਾ ਜਿਹੜੇ ਆਜ਼ਾਦ ਕਿਸਾਨ ਹੁੰਦੇ ਆ ਉਹ ਕਹਿੰਦੇ ਵੀ ਇਹਨਾਂ ਨੂੰ ਚੋਣਾਂ ਵਾਲੇ ਪਾਸੇ ਨਹੀਂ ਸੀ ਆਉਣਾ ਚਾਹੀਦਾ ਹੁਣ ਇਹ ਚੋਣਾਂ ਦੇ ਜਿੱਤਣ ਜਾਂ ਹਾਰਨ ਤੋਂ ਬਾਅਦ ਨਤੀਜਿਆਂ ਤੋਂ ਬਾਅਦ ਕਹਿੰਦੇ ਵੀ ਸੰਘਰਸ਼ ਕਰਨ ਜੋਗੇ ਨਹੀਂ ਰਹਿਣਗੇ ਲੋਕ ਇਹਨਾਂ ਨੂੰ ਕਹਿਣਗੇ ਤੁਸੀਂ ਤਾਂ ਵੋਟਾਂ ਚੋਂ ਤੁਹਾਨੂੰ ਤਾਂ ਵੋਟਾਂ ਹੀ ਨਹੀਂ ਆਕਪੀਆਂ ਜਿੱਤ ਕੇ ਜਾਂ ਹਾਰ ਕੇ ਉਹ ਬਾਅਦ ਦੀ ਗੱਲ ਹੈ ਤੁਹਾਨੂੰ ਲੱਗਦਾ ਵੀ ਇਸ ਚੀਜ਼ ਦਾ ਆਉਣ ਵਾਲੇ ਸਮੇਂ 'ਚ ਤੁਹਾਨੂੰ ਕਿਸਾਨਾਂ ਨੂੰ ਜਾਂ ਕਿਸਾਨਾਂ ਦੇ ਇਨਾਂ ਧੜਿਆਂ ਨੂੰ ਨੁਕਸਾਨ ਹੋ ਸਕਦਾ ਮੈਂ ਤਾਂ ਕਹਣਾ ਜਸਵੀਰ ਭਾਈ ਦੇਖੋ ਜੇ ਲੜਾਈ ਲੜਨੀ ਹੈ ਨਾ ਆਪਣੇ ਮੇਰੇ ਉਹ ਤਾਂ ਮਲੇ ਕਹਣਾ ਨੀਤ ਦੇ ਵਿੱਚ ਹੁੰਦੀ ਹੈ ਜੇ ਮੰਨ ਲਓ ਮੈਂ ਕੱਲ ਨੂੰ ਐਮ ਐਲ ਏ ਹੀ ਬਣ ਜਾਣਾਗਾ ਤਾਂ ਮੈਂ ਇੰਨੀ ਕਿ ਤਾਕਤ ਰੱਖਦਾ ਕਿ ਮੈਂ ਲੋਕਾਂ ਦੇ ਲਈ ਕੱਲ ਨੂੰ ਵੀ ਦਰੀਬ ਛਾ ਕੇ ਉਹਨਾਂ ਦਾ ਸੰਘਰਸ਼ ਲੜ ਸਕਾਂ ਇਹ ਹਰੇਕ ਦੇ ਮਾਨ ਦੇ ਵਿੱਚ ਹੋਣਾ ਚਾਹੀਦਾ ਮੈਨੂੰ ਤਾਂ ਇਹੀ ਲੱਗਦਾ ਕਿ ਜਿੰਨੇ ਵੀ ਲੋਕ ਅੱਜ ਲੜ ਰਹੇ ਹੈਗੇ ਇਲੈਕਸ਼ਨ ਦੇ ਵਿੱਚ ਲੜ ਰਹੇ ਹੈਗੇ ਉਹ ਕਿਤੇ ਵੀ ਪਿੱਛੇ ਨਹੀਂ ਹਟਣਗੇ ਕਿਉਂਕਿ ਉਹਨਾਂ ਨੇ ਸੰਘਰਸ਼ ਦੇਖਿਆਗਾ ਔਰ ਅਸੀਂ ਤਾਂ ਕਿਸਮਤ ਵਾਲਿਆਂ ਚ ਇਹਨਾਂ ਨੇ ਏਡਾ ਵੱਡਾ ਸੰਘਰਸ਼ ਦੇਖਿਆਗਾ ਤੇ ਮੇਰੇ ਖਿਆਲ ਦੇ ਨਾਲ ਇਹਦੇ ਨਾਲ ਸਾਡੀ ਤਾਕਤ ਵਧਣੀ ਹੈਗੀ ਬਾਕੀ ਹਰ ਇੱਕ ਦੀ ਆਪਣੀ ਆਪਣੀ ਸੋਚ ਹੁੰਦੀ ਆ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦਾ ਮੇਰਾ ਜਿਹੜਾ ਰਿਸ਼ਤਾ ਹੈਗਾ ਇਹਨਾਂ ਚੀਜ਼ਾਂ ਤੋਂ ਬੜਾ ਉੱਪਰ ਦਾ ਹੈਗਾ ਬੜੇ ਹੀ ਨੇਕ ਦਿਲ ਤੇ ਐਡੇ ਬੜੇ ਸੰਘਰਸ਼ੀ ਯੋਧੇ ਹੈਗੇ ਉਹਨਾਂ ਦੀ ਸਾਡੇ ਮਨਾਂ ਦੇ ਵਿੱਚ ਬੜੀ ਬੱਡੀ ਬੱਡੀ ਜ਼ਿਆਦਾ ਸ਼ਾਖ ਬਣੀ ਹੋਈ ਆ ਉਹਨਾਂ ਦਾ ਆਪ ਦਾ ਇੱਕ ਫੈਸਲਾ ਹੈਗਾ ਅਸੀਂ ਆਪਣੇ ਫੈਸਲੇ ਦੇ ਨਾਲ ਚੱਲ ਰਹੇ ਆ ਹਰੇਕ ਦਾ ਆਪਣਾ ਆਪਣਾ ਇੱਕ ਮਤਲਬ ਕਿ ਐਟੀਟਿਊਡ ਹੁੰਦਾ ਜਾਂ ਅਸੀਂ ਕਹਿ ਦਈਏ ਕਿ ਡਿਸੀਜਨ ਲੈਣ ਦਾ ਆਪਣਾ ਹੁੰਦਾ ਇੱਕ ਹਨਾ ਬਟ ਮੈਨੂੰ ਇਹ ਲੱਗਦਾ ਕਿ ਜੇ ਇਸ ਤਰੀਕੇ ਦੇ ਨਾਲ ਵੀ ਚੱਲਦੇ ਆ ਤਾਂ ਸਾਡੀ ਤਾਕਤ ਵਧਣੀ ਆਗੀ ਲੋਕ ਚਾਹੁੰਦੇ ਆ ਇਸ ਚੀਜ਼ ਨੂੰ ਅੱਜ ਜਦ ਤੁਸੀਂ ਲੋਕਾਂ ਕੋਲੇ ਜਾਂਦੇ ਆਂਗੇ ਤੇ 100 ਦਾ 100% ਲੋਕ ਮੈਨੂੰ ਅੱਜ ਤੱਕ ਇੱਕ ਵੀ ਬੰਦਾ ਨਹੀਂ ਮਿਲਿਆ ਬਈ ਟੂ ਵੀ ਔਨੈਸਟ ਕਹਿਣਾ ਮੈਨੂੰ 100 ਦੇ 100 ਬੰਦੇ ਨੇ ਗੱਲ ਕੀਤੀ ਆ ਕਿ ਪੁੱਤ ਬਹੁਤ ਵੱਡੀ ਗੱਲ ਕਰ ਰਹੇ ਹੋ ਤੁਸੀਂ ਅਸੀਂ ਤੁਹਾਡੇ ਨਾਲ ਆਂ ਭਾਈ ਤੁਸੀਂ ਮੁਰਚਾ ਲੜਿਆਗਾ ਅਸੀਂ ਮੁਰਚੇ ਤੋਂ ਬਾਹਰ ਨਹੀਂ ਜਾਵਾਂਗੇ ਕਿਸਾਨੀ ਦੇ ਨਾਲ ਖੜਾਂਗੇ ਅਸੀਂ ਇਹ ਗੱਲਾਂ ਬਈ ਸੋਨ ਨੂੰ ਮਿਲਦੀਆਂ ਲੋਕਾਂ ਤੋਂ ਤਾਂ ਜਿੱਦਾਂ ਹੁਣ ਇਲੈਕਸ਼ਨ ਆ ਤੁਸੀਂ ਯੂਨੀਵਰਸਿਟੀ ਵੀ ਜਿਹੜਾ ਹੈਗਾ ਉਹ ਰਾਜਨੀਤੀ 'ਚ ਵੀ ਪੈਰ ਧਰਦੇ ਰਹੇ ਹੋ ਮੁੰਡਾ ਨਾਲ ਉੱਠਣੀ ਬੈਠਣੀ ਵੀ ਰਹੀ ਆ ਤਾਂ ਤੁਹਾਡੇ ਜਿਹੜੇ ਇੱਥੇ ਵਿਰੋਧੀ ਕੈਂਡੀਡੇਟ ਹੈਗੇ ਆ ਤੁਹਾਡੇ ਤੋਂ ਉਹ ਸਿਆਸਤ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਉਮਰ ਵੱਡੀ ਆ ਤਾਂ ਇਸ ਚੀਜ਼ ਦਾ ਤੁਹਾਨੂੰ ਲੱਗਦਾ ਵੀ ਇਹ ਵੱਡੇ ਸਿਆਸੀ ਹੈਗੇ ਆ ਜਾਂ ਉਹਨਾਂ ਦਾ ਚਾਲ ਚੱਲਣ ਲੋਕਾਂ ਦੇ ਵਿੱਚ ਉਹਨਾਂ ਦਾ ਪ੍ਰਭਾਵ ਜਿਹੜਾ ਹੈਗਾ ਤੁਹਾਨੂੰ ਕਿਤੇ ਕਿਤੇ ਕਿੰਨਾਕ ਜਿਹੜਾ ਰੋਚਕ ਹੈਗਾ ਇਹ ਮੁਕਾਬਲਾ ਖਾਸ ਕਰਕੇ ਕਿਉਂਕਿ ਤੁਸੀਂ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਹੋ ਉਹ ਲੜ ਵੀ ਕਿਸਾਨਾ ਢੜੇ ਵੱਲੋਂ ਰਹੀ ਬਾਈ ਜੀ ਮੈਂ ਤਾਂ ਲੋਕਾਂ ਨੂੰ ਇਹੀ ਦਿਖਾਉਣ ਆਇਆਗਾ ਮੈਂ ਤਾਂ ਮੈਂ ਕਹਣਾ ਬਾਈ ਜੀ ਦੇਖੋ ਮੈਂ ਤਾਂ ਆਪਦੇ ਇਲਾਕੇ ਨੂੰ ਛੱਡ ਕੇ ਜਾ ਨਹੀਂ ਸਕਦਾ ਮੈਂ ਤਾਂ ਕਹਣਾ ਪਾਰਟੀਆਂ ਦੇ ਵੱਡੇ ਵੱਡੇ ਲੀਡਰਾਂ ਦੇ ਨਾਲ ਲੜਾਓ ਮੈਨੂੰ ਆ ਜਾਣ ਜੀ ਸੁਖਵੀਰ ਸਿੰਘ ਬਾਦਲ ਜੀ ਆਉਣ ਕੈਪਟਨ ਸਾਹਿਬ ਆਉਣ ਨਵਜੋਤ ਸਿੰਘ ਸਿੱਧੂ ਆਉਣ ਮੈਂ ਲੜਨਾ ਚਾਹਣਾ ਉਹਨਾਂ ਲੋਕਾਂ ਦੇ ਨਾਲ ਮੈਂ ਲੋਕਾਂ ਨੂੰ ਸਾਡੇ ਪੰਜਾਬ ਦੇ ਧੀਆਂ ਪੁੱਤਾਂ ਨੂੰ ਇਹੀ ਦੱਸਣਾ ਵੀ ਪਾਈ ਤੁਸੀਂ ਕੁਝ ਵੀ ਕਰ ਸਕਦੇ ਹੋਗੇ ਇਹ ਨਾ ਸੋਚੋ ਕਿ ਇਹਨਾਂ ਦੇ ਕਰਨ ਵਾਸਤੇ ਬਣਿਆ ਸਾਰਾ ਕੁਝ ਅੱਜ ਤੋਂ ਆਮ ਇਨਸਾਨ ਉੱਠਦਾ ਨਾ ਤੇ ਆਮ ਇਨਸਾਨ ਉੱਠ ਕੇ ਜਦੋਂ ਹਰੇਕ ਚੀਜ਼ ਤੋਂ ਦੁਖੀ ਹੋ ਕੇ ਚੱਲਦਾ ਤੇ ਉਹ ਕਿਸੇ ਨਾਲ ਵੀ ਫਾਈਟ ਕਰ ਸਕਦਾਗਾ ਤੇ ਇਹੀ ਤਾਂ ਮੈਂ ਲੋਕਾਂ ਦੇ ਲਈ ਉਹਨਾਂ ਦਾ ਰਸਤਾ ਬਣਾਉਣ ਆਇਆਗਾ ਤਾਂ ਕਿ ਕੱਲ ਨੂੰ ਸਾਡੇ ਨੌਜਵਾਨੋਂ ਬਾਹਰ ਨਾ ਭੱਜਣਾ ਮੈਂ ਉਹਨਾਂ ਨੂੰ ਇਹੀ ਗੱਲ ਕਹਿਣਾ ਕਿ ਸਾਰਾ ਕੁਝ ਮੈਂ ਦੇਖਿਆਗਾ ਮੈਂ ਬਾਹਰ ਵੀ ਦੇਖ ਕੇ ਆਇਆ ਮੈਂ ਯੂਨੀਵਰਸਿਟੀ ਪ੍ਰਧਾਨ ਰਿਆਂਗਾ ਤਾਂ ਸਾਡੇ ਚ ਡੱਕ ਵੱਡਾ ਜਾਜਵਾ ਹੈਗਾ ਜਸਪੀਰ ਭਾਈ ਕਿ ਜਿਨ੍ਹਾਂ ਨਾਲ ਲੜ ਰਹੇ ਆਂਗੇ ਉਹਨਾਂ ਦੇ ਨਾਲ ਪੂਰੀ ਟੱਕਰ ਦੇਵਾਂਗੇ ਕੋਈ 1% ਵੀ ਪ੍ਰੋਬਲਮ ਨਹੀਂ ਕਿ ਉਹ ਕਿੰਨੇ ਵਾਰੀ ਵੀ ਪਰ ਜੋ ਸਾਡੇ ਕੋਲੇ ਗੁਰਾਂ ਦਾ ਦਿੱਤਾ ਹੈਗਾਗਾ ਉਹ ਸਾਡੇ ਲਈ ਬਹੁਤ ਕੋਸ਼ ਹੈਗਾ ਠੀਕ ਹੈ ਗੁਰੂ ਸਾਹਿਬ ਨੇ ਜਿਹੜੀ ਸਵਤੰਤਰ ਬਖਸ਼ੀ ਹੈ ਨਾ ਬਸ ਇਹਦੇ ਸਾਡਾ ਗੁਰੂ ਸਾਹਿਬ ਦਾ ਸਿਰ ਦੇ ਉੱਤੇ ਹੱਥ ਰਵੇ ਇਸ ਚੀਜ਼ ਨੂੰ ਅਸੀਂ ਮਿਲ ਕੇ ਸਾਡੀ ਬੁੱਧੀ ਨਾਲ ਪ੍ਰਸ਼ਟ ਹੋਵੇ ਅਸੀਂ ਇਮਾਨਦਾਰ ਰਹੀਏ ਲੋਕਾਂ ਪ੍ਰਤੀ ਆਪਦੇ ਏਰੀਏ ਪ੍ਰਤੀ ਆਪਦੇ ਗੁਰੂ ਪ੍ਰਤੀ ਬਸ ਇਹੀ ਚੀਜ਼ ਮੰਗਦੇ ਆਂਗੇ ਬਾਕੀ ਇਹਨਾਂ ਦੀ ਕੋਈ ਪਰਵਾਹ ਨਹੀਂ ਵੀਰੇ ਕੋਈ ਵੱਡੇ ਤੋਂ ਵੱਡਾ ਆਜੇ ਸੀ ਉਹਦੇ ਨਾਲ ਵੀ ਲੜਾਂਗੇ ਸਯੁਕਤ ਸਮਾਜ ਮੋਰਚੇ ਨੇ ਕੁਝ ਅਜਿਹੇ ਕੈਂਡੀਡੇਟ ਅਨਾਉਂਸ ਕੀਤੇ ਆ ਜਿੱਦਾਂ ਮੁਖਸਰ ਤੋਂ ਬੀਬੀ ਅਨੁਰੂਪ ਕੌਰ ਆ ਉਹ ਕਾਫੀ ਪੜੇ ਲਿਖੇ ਹੈ ਤੁਸੀਂ ਹੈਗੇ ਯੂਨੀਵਰਸਿਟੀ ਦੇ ਵਿਦਿਆਰਥੀਓ ਕੁਝ ਹੋਰ ਵੀ ਪਰ ਕਈ ਥਾਵਾਂ ਕਿ ਥਾਵਾਂ ਤੇ ਸਖਤ ਸਮਾਜ ਮੋਰਚੇ ਨੇ ਜਿਹੜੇ ਹੈਗੇ ਬਾਕੀ ਸਿਆਸੀ ਪਾਰਟੀਆਂ ਦੇ ਵਿੱਚ ਲੰਮਾ ਸਮਾਂ ਉਹਨਾਂ ਦੀਆਂ ਕੁਰਸੀਆਂ ਤੇ ਬੈਠਣ ਵਾਲੇ ਝੰਡੇ ਚੁੱਕਣ ਵਾਲੇ ਲੋਕਾਂ ਨੂੰ ਲਿਆਂਦਾ ਹੈਗਾ ਤੁਹਾਨੂੰ ਲੱਗਦਾ ਵੀ ਇਸ ਚੀਜ਼ ਦਾ ਨੁਕਸਾਨ ਜਿਹੜਾ ਹੈਗਾ ਸਖਤ ਸਮਾਜ ਮੋਰਚੇ ਨੂੰ ਕਿਤਨਾ ਕਿਤੇ ਹੋਊਗਾ ਦੇਖੋ ਭਈ ਉਹ ਵੱਡੇ ਆਗੂਆਂ ਦਾ ਡਿਸੀਜਨ ਆਣਾ ਇਹਦੇ 'ਚ ਮੈਂ ਮੈਨੂੰ ਲੱਗਦਾ ਮੈਂ ਕੁਝ ਨਹੀਂ ਕਹਿ ਸਕਦਾਗਾ ਉਹ ਉਹਨਾਂ ਨੇ ਸੋਚ ਸਮਝ ਕੇ ਚੀਜ਼ ਕੀਤੀ ਹੋਣੀ ਬਾਕੀ ਸਿਆਸੀ ਪਾਰਟੀਆਂ ਵਾਂਗ ਇਹ ਤੇ ਫਿਰ ਪਾਲਿਸੀਆਂ ਤਾਂ ਸੇਮ ਹੀ ਹੋਣਗੀਆਂ ਹਾਂ ਤੇ ਕਿਰਤੀ ਜੀ ਕਹਿ ਸਕਦੇ ਹਾਂ ਪਰ ਮੈਨੂੰ ਇਹ ਲੱਗਦਾ ਤੁਹਾਨੂੰ ਵੇਟ ਕਰਨੀ ਚਾਹੀਦੀ ਹੈ ਉਹਨਾਂ ਦਾ ਕੰਮ ਦੇਖਣਾ ਚਾਹੀਦਾਗਾ ਜਿੰਨਾ ਚਿਰ ਆਪਾਂ ਉਹਨਾਂ ਦਾ ਕੰਮ ਨਹੀਂ ਦੇਖਦੇਓ ਕਿਸ ਤਰੀਕੇ ਨਾਲ ਅੱਗੇ ਵਧਦੇ ਹੈਗੇ ਤਾਂ ਉਹਨਾਂ ਦਾ ਆਪਾਂ ਨੂੰ ਸਮਾਂ ਹਜੇ ਇੰਤਜ਼ਾਰ ਕਰ ਲੈਣਾ ਚਾਹੀਦਾ ਬਈ ਤੇ ਜੇ ਆਉਣ ਵਾਲੇ ਸਮੇਂ ਦੇ ਵਿੱਚੋਂ ਚੰਗਾ ਕੰਮ ਕਰਦੇ ਹੈਗੇ ਤਾਂ ਫਿਰ ਤਾਂ ਵਾਹ ਵਾਗੀ ਤੇ ਨਹੀਂ ਆਸੀ ਵੀ ਸ਼ਰਿਆਮ ਖੁੱਲ ਕੇ ਕਹਾਂ ਮੈਂ ਭਾਈ ਇਹ ਗਲਤ ਕੀਤਾ ਤੁਸੀਂ ਕੋਈ ਮਸਲਾ ਨਹੀਂ ਵੀਰੇ ਤਾਂ ਤੁਹਾਡੇ ਇਲਾਕੇ ਦੇ ਵਿੱਚ ਅਕਾਲੀ ਦਲ ਬਾਦਲ ਦਾ ਜਿਹੜਾ ਕਿਉਂਕਿ ਤਖਤਸ਼ਿਰੀ ਦਮਦਮਾ ਸਾਹਿਬ ਦੀ ਸੌ 2017 ਦੇ ਇਲੈਕਸ਼ਨਾਂ ਚ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਖਾਧੀ ਤੇ ਲੋਕਾਂ ਨੇ ਭਰੋਸਾ ਕੀਤਾ ਵੀ ਇਹ ਬੰਦੇ ਨੇ ਸੌਂ ਖਾਧੀ ਹੈ ਇਹ ਨਸ਼ੇ ਦਾ ਖਾਤਮਾ ਕਰੂਗਾ ਬੇਦਬੀ ਦੇ ਜਿਹੜੇ ਮਸਲੇ ਦੇ ਉੱਤੇ ਇਹ ਸਖਤ ਸਜ਼ਾਵਾਂ ਦੇਊਗਾ ਪੌਣੇ ਪੰਜ ਸਾਲ ਕੈਪਟਨ ਮਰਿੰਦਰ ਸਿੰਘ ਰਹੇ 111 ਦਿਨ ਚਰਨਜੀਤ ਸਿੰਘ ਚੰਨੀ ਰਹੇ ਅੱਜ ਵੀ ਬਾਬਲ ਕਲਾਂ ਦੇ ਵਿੱਚ ਜਿਹੜਾ ਸ਼ਹੀਦਾਂ ਦਾ ਪੁੱਤ ਆ ਭਾਈ ਸੁਖਰਾਜ ਸਿੰਘ ਸ਼ਹੀਦ ਗੁਰਜੀਤ ਸਿੰਘ ਦੇ ਪਿਤਾ ਬਾਪੂ ਸਾਦੂ ਸਿੰਘ ਉਹ ਬੈਠੇ ਹੋਏ ਆ ਕੀ ਲੱਗਦਾ ਇਸ ਇਲਾਕੇ ਦੇ ਵਿੱਚ ਬੇਦਬੀ ਮਾਮਲੇ ਨੂੰ ਲੈ ਕੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਚਰਚਾ ਹੈਗੀ ਕੋਈ ਸਵਾਲ ਜਵਾਬ ਕਰਦੇ ਆ ਲੋਕ ਜਦੋਂ ਜਾਣੇ ਹੋ ਬੇਅਦਬੀ ਮਸਲੇ ਨੂੰ ਲੈ ਕੇ ਤਾਂ ਵੀਰੇ ਦੇਖੋ ਹਰੇਕ ਬੰਦੇ ਦਾ ਜਿਹੜਾ ਹਿਰਦਾ ਬਲੁੰਦ ਰਿਆ ਗਿਆਗਾ ਕਿ ਐਡਾ ਮਤਲਬ ਬੇਅਦਬੀ ਨਹੀਂ ਕਿੰਨੀਆਂ ਹੀ ਬੇਅਦਬੀਆਂ ਹੋ ਗਈਆਂ ਹੁਣ ਤਾਂ ਹੁਣ ਹੋਈ ਜਾਂਦੀਆਂ ਕੰਟੀਨਿਊ ਬਈ ਉਹ ਤਾਂ ਲੋਕ ਆ ਜਿਹੜੇ ਨਾ ਉਹ ਲੋਕਾਂ ਨੂੰ ਬਸ ਮੇਨ ਗੱਲ ਇਹ ਹੋਊਗੀ ਕਿ ਹੁਣ ਤਾਂ ਲੋਕਾਂ ਨੂੰ ਗੁਰੂ ਤੇ ਹੀ ਭਰੋਸਾ ਰਹਿ ਗਿਆ ਉਹਨਾਂ ਨੂੰ ਇਹ ਲੱਗਦਾ ਕਿ ਇਹ ਤਾਂ ਸਾਨੂੰ ਇਨਸਾਫ ਨਹੀਂ ਦਿਵਾ ਸਕਦੇ ਇਹ ਲੋਕਾਂ ਦੇ ਮਨਾਂ ਦੇ ਵਿੱਚ ਗੱਲ ਆ ਗਈ ਬਈ ਹੁਣ ਕਿਸੇ ਤੋਂ ਵਿਸ਼ਵਾਸ ਨਹੀਂ ਲੋਕਾਂ ਨੂੰ ਇਹ ਨਾ ਜਿਹੜੇ ਇਹ ਲੋਕ ਪੋਲੀਟੀਕਲ ਲੋਕ ਤੁਰੇ ਫਿਰਦੇ ਆ ਇਹਨਾਂ ਤੋਂ ਉਹਨਾਂ ਨੇ ਆਸ ਲਾਉਣੀ ਬੰਦ ਕਰਤੀ ਇਹ ਗੱਲਾਂ ਹੋ ਰਹੀਆਂ ਇਲਾਕਿਆਂ 'ਚ ਹੁਣ ਕਿ ਹੁਣ ਤਾਂ ਆਪਣੇ ਆਪ ਗੁਰੂ ਨਿਬੜੂਗਾ ਤੇ ਗੁਰੂ ਨੇ ਜਿਨ੍ਹਾਂ ਦੇ ਨਾਲ ਨਿਬੜਿਆ ਗਿਆ ਤੇ ਫਿਰ ਅੱਜ ਖਤਮ ਵੀ ਕਰ ਤੇ ਖੁੱਡੇ ਲੈਣ ਲਾਤੇ ਬਈ ਜੀ ਜਿਹੜੇ ਮੁੱਖ ਮੰਤਰੀ ਸੀਗੇ ਅੱਜ ਐਮਸੀ ਜੇ ਬਿਆਦਮੀਆਂ ਕਰਾਈਆਂ ਤੇ ਅੱਜ ਖਤਮ ਨੇ ਵੀਰੇ ਚਾਹੇ ਅਕਾਲੀ ਦਲ ਆ ਚਾਹੇ ਕਾਂਗਰਸ ਦੇ ਕੈਪਟਨ ਸਾਹਿਬ ਸੀ ਚਾਹੇ ਕਾਂਗਰਸ ਖੋ ਦਾ ਜੋ ਵੀ ਆ ਅੱਜ ਨਿਬੜ ਗਿਆ ਕੰਮ ਹੋ ਗਿਆ ਕੰਮ ਤਮਾਮ ਅਕਾਲੀ ਦਲ ਵਾਲੇ ਕਈ ਥਾਂ ਤੇ ਇਲਜ਼ਾਮ ਲਾਉਂਦੇ ਕਹਿੰਦੇ ਜਿਹੜੇ ਕਿਸਾਨਾਂ ਦਾ ਮੋਰਚਾ ਹੈ ਇਹ ਆਮ ਆਦਮੀ ਪਾਰਟੀ ਦੀ ਵੀ ਟੀਮ ਹੈ ਇਹ ਜਿੱਥੇ ਜਾਣ ਅਕਾਲੀਆਂ ਦੇ ਖਿਲਾਫ ਹੀ ਬਹੁਤਾ ਬੋਲਦੇ ਆ ਤੁਹਾਨੂੰ ਕੀ ਲੱਗਦਾ ਵੀ ਕਿਤਰਾ ਕਿਤੇ ਇਹ ਅੰਦਰ ਖੱਤੇ ਸਮਝੌਤਾ ਤਾਂ ਨਹੀਂ ਹੋਇਆ ਵਿਆ ਬਾਈ ਜੀ ਮੈਂ ਤਾਂ ਨਾ ਮੈਂ ਦੇਖੋ ਮੈਂ ਤਾਂ ਇਹ ਗੱਲ ਕਰਦਾਗਾ ਕਿ ਸਾਡੇ ਤੇ ਤਾਂ ਬੜੇ ਇਲਜ਼ਾਮ ਲੱਗਦੇ ਆ ਕੋਈ ਸਾਨੂੰ ਕਹਿੰਦਾਗਾ ਕਿ ਇਹ ਭਾਜਪਾ ਨੇ ਮਤਲਬ ਕਿ ਪਲਾਨਡ ਕੀਤੇ ਅਗੇ ਠੀਕ ਹੈ ਜੀ ਕਿ ਆਮ ਆਦਮੀ ਪਾਰਟੀ ਨੂੰ ਕਰਨ ਦੇ ਲਈ ਇਹ ਸਾਰੀਆਂ तमाम ਗੱਲਾਂ ਚਲੋ ਏਜੰਸੀਆਂ ਹੁੰਦੀਆਂ ਜੋ ਵੀ ਕਹਿੰਦੇ ਆਪਾਂ ਕਰ ਇਹ ਲੋਕ ਕਰ ਰਿਹਾ ਸਾਡੇ ਬਾਰੇ ਕਹਿ ਰਹੇ ਹਨ ਪਰ ਸਾਡਾ ਮਨ ਅਸੀਂ ਜਾਣਦੇ ਹਾਂ ਸਾਡੀ ਰਜਿਸਟ੍ਰੇਸ਼ਨ ਨਹੀਂ ਹੋਈ ਜਿਸ ਦਿਨ ਭਾਜਪਾ ਨੇ ਭੇਜਉਂਦਾ ਰਜਿਸਟ੍ਰੇਸ਼ਨ ਹੁੰਦੀ ਅੱਜ ਸਾਡੇ ਕੋਲੇ ਚੋ ਨਿਸ਼ਾਨ ਹੁੰਦਾ ਸਾਡੇ ਕੋਲੇ ਕੋਈ ਵੀ ਚੀਜ਼ ਨਹੀਂ ਵੀਰੇ ਅਸੀਂ ਤਾਂ ਲੜਾਈ ਕਰ ਰਹੇ ਹਾਂਗੇ ਤਾਂ ਇਹ ਜਿਹੜੀਆਂ तमाम ਗੱਲਾਂ ਕਰ ਰਹੇ ਹਨ ਚਾਹੇ ਅਕਾਲੀ ਦਲ ਕਰ ਰਿਹਾ ਚਾਹੇ ਆਪ ਕਰ ਰਹੀ ਹੈਗੀ ਚਾਹੇ ਕਾਂਗਰਸ ਕਰ ਰਹੀ ਹੈਗੀ ਇਹ ਇਹ ਫਾਲਤੂ ਗੱਲਾਂ ਨੇ ਲੋਕ ਸਮੇਂ ਦੇਣਾ ਚੀਜ਼ਾਂ ਨੂੰ ਬਈ ਜੀ ਕਿ ਕੋਈ ਕਿਸੇ ਦੇ ਨਾਲ ਨਹੀਂ ਜਿਹੜੇ ਕਿਸਾਨਾਂ ਆਗੇ ਅੱਜ ਇਹ ਸੁਖਜੀਤ ਬਰਾੜ ਲੜਾਈ ਲੜਨ ਆਇਆਗਾ ਤਾਂ ਸੁਖਜੀਤ ਬਰਾੜ ਕੋਲੇ ਕੋਈ ਬਿਜ਼ਨ ਹੈ ਉਹ ਕਿਸੇ ਖਾਸ ਇੱਕ ਦੇ ਨਾਲ ਲੜਾਈ ਨਹੀਂ ਲੜਨ ਆਇਆ ਉਹ ਕ腐ਸ਼ਨ ਦੇ ਵਿਰੁੱਧ ਲੜਾਈ ਲੜਨ ਆਇਆਗਾ ਇਸੇ ਤਰੀਕੇ ਨਾਲ ਹੀ ਸਾਡੇ ਸਾਰੇ ਦੇ ਸਾਰੇ ਉਮੀਦਵਾਰ ਮੈਂ ਸਾਰਿਆਂ ਤੋਂ ਹੀ ਉਮੀਦ ਰੱਖਦਾਗਾ ਕਿ ਅਸੀਂ ਇੱਕ ਵਿਜ਼ਨ ਲੈ ਕੇ ਚੱਲੇ ਆ ਕਿ ਪੰਜਾਬ ਨੂੰ ਕਿਸੇ ਸਹੀ ਦਿਸ਼ਾ ਦੇ ਵਿੱਚ ਲੈ ਕੇ ਜਾਈਏ ਨਾ ਕਿ ਕਿਸੇ ਸਪੈਸੀਫਿਕ ਇੱਕ ਪਰਸਨ ਦੇ ਖਿਲਾਫ ਸਾਡੀ ਲੜਾਈ ਹੈਗੀ ਸਾਡੀ ਲੜਾਈ ਹਰ ਇੱਕ ਉਸ ਬੰਦੇ ਦੇ ਨਾਲ ਆ ਜੋ ਪੰਜਾਬ ਦਾ ਵਿਰੋਧੀਆ ਪੰਜਾਬ ਨੂੰ ਖਰਾਬ ਕਰ ਰਿਹਾ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾਗਾ ਤਾਂ ਇਹ ਗੱਲਾਂ ਜਿਹੜੀਆਂ ਕਰ ਰਹੇ ਆ ਲੋਕ ਹਨਾ ਪੋਲਿਟਿਕਸ ਦੇ ਵਿੱਚ ਆ ਗਏ ਜਦੋਂ ਤਾਂ ਇਹ ਚੀਜ਼ਾਂ ਨਾਰਮਲੀ ਬਾਈ ਜੀ ਹੁੰਦੀਆਂ ਨੇ ਲੋਕ ਕਰਦੇ ਆ ਕਿ ਇਹਨਾਂ ਨੂੰ ਉਹਨਾਂ ਨੇ ਬਣਾਇਆ ਉਹਨਾਂ ਨੇ ਬਣਾਇਆ ਸਾਨੂੰ ਕਿਸੇ ਨੇ ਨਹੀਂ ਬਣਾਇਆ ਪਹਿਲਾਂ ਜਦੋਂ ਦੇਖੋ ਆਪਾਂ ਸੰਘਰਸ਼ ਲੜ ਰਹੀ ਸੀਗੀ ਉਦੋਂ ਵੀ तमाम ਗੱਲਾਂ ਕੀਤੀਆਂ ਜਾਂਦੀਆਂ ਸੀ ਇਹ ਲੀਡਰ ਇਹ ਵਿਕ ਜਾਣਗੇ ਇਹਨਾਂ ਦਾ ਕੁਝ ਨਹੀਂ ਹੋਣਾ ਇਹ ਇਹਨਾਂ ਨੇ ਖਰੀਦ ਲਏ ਉਹਨਾਂ ਨੇ ਖਰੀਦ ਲਏ ਉਹ ਗੱਲਾਂ ਹੋਈ ਗਈਆਂ ਅਖੀਰ ਤੇ ਉਹ ਸੰਘਰਸ਼ ਜਿੱਤ ਗਈ ਵੀਰੇ ਇਸੇ ਤਰੀਕੇ ਨਾਲ ਹੀ ਇਹਦੋਂ ਜਦੋਂ ਇਹ ਪੋਲਿਟਿਕਸ ਦੇ ਵਿੱਚ ਆ ਗਏ ਚੀਜ਼ ਇਹ ਆ ਤੇ ਦੇਖੋ ਬਾਈ ਜੀ ਮੈਂ ਆ ਨਾ ਮੈਂ ਆਸਟ੍ਰੇਲੀਆ ਤੋਂ ਆਇਆਗਾ ਮੈਂ ਹੈਰਾਨ ਮੰਨ ਗਿਆ ਬਾਈ ਜੀ ਮੇਰੇ ਬਾਰੇ ਉੱਥੇ ਗੱਲਾਂ ਇਸ ਤਰੀਕੇ ਨਾਲ ਕੀਤੀਆਂ ਗਈਆਂ ਬਾਈ ਮੇਰਾ ਦਿਲ ਉਹ ਤੋਂ ਦੁਖਿਆ ਕਿ ਮੈਂ ਯਾਰ ਆਪਦਾ ਸਾਰਾ ਕੁਝ ਵਾਰਤਾ ਤੇ ਲੋਕਾਂ ਦੇ ਵਿੱਚ ਸਿਰਫ ਮੇਰੀ ਟਿਕ ਟਿਕ ਟਾਉਣ ਲਈ ਇਹ ਗੱਲਾਂ ਹੋਈਆਂ ਕਿ ਜੀ ਇਸ ਬੰਦੇ ਨੂੰ ਰਿਪੋਰਟ ਕੀਤਾ ਗਿਆ ਆਸਟ੍ਰੇਲੀਆ ਚੋਂ ਤੁਹ ਪਰ ਆਪ ਕੀ ਕੀ ਮਤਲਬ ਕਿ ਕਿਸੇ ਤੋਂ ਆਪਾਂ ਕੀ ਉਮੀਦ ਲਾ ਸਕਦੇ ਆਂਗੇ ਕਿ ਉਹ ਕਿੰਨੇ ਕੁ ਸਾਰਥਕੇ ਚੱਲਣ ਸਾਰਥਕ ਹੋ ਕੇ ਲੋਕ ਚੱਲਣਗੇ ਇੱਥੇ ਤਾਂ ਵੀਰੇ ਨੈਗੇਟਿਵਿਟੀ ਭਰੀ ਪਈ ਆ ਲੋਕਾਂ ਦੇ ਵਿੱਚ ਜਿਹੜੇ ਐਹਰ ਦੇ ਤਰੀਕਿਆਂ ਗੱਲਾਂ ਕਰਦੇ ਆ ਕਿ ਲੋਕਾਂ ਦੇ ਵਿੱਚ ਲੋਕਾਂ ਨੂੰ ਨੈਗੇਟਿਵ ਕਰਨ ਦੇ ਲਈ ਕਰਦੇ ਹੈਗੇ ਤੇ ਜਿਹੜਾ ਮੋਰਚਾ ਹੈਗਾ ਉਹ ਆਪਦੇ ਵੱਲੋਂ ਆਪਦੀ ਤਾਕਤ ਦੇ ਨਾਲ ਆਪਦੇ ਲੋਕਾਂ ਦੇ ਲਈ ਲੜ ਰਿਹਾ ਹੈਗਾ ਪੰਜਾਬ ਦੇ ਲਈ ਲੜ ਰਿਹਾ ਹੈਗਾ ਇਹਦੇ 'ਚ ਕੋਈ ਦੋਹਰਾ ਹੀ ਨਹੀਂ ਅਸੀਂ ਕਿਸੇ ਦੇ ਨਾਲ ਨਹੀਂ ਮਿਲੇ ਹੋਏਗੇ ਅਸੀਂ ਉਹਨਾਂ ਦੇ ਨਾਲ ਹੈਗੇ ਆਂਗੇ ਜਿਹੜੇ ਪੰਜਾਬ ਦਾ ਭਲਾ ਸੋਚਦੇ ਆਂ ਕਿਥਾਈ ਇਹ ਵੀ ਗੱਲ ਮਿਲ ਰਹੀ ਹੈ ਕਹਿੰਦੇ ਜਿਹੜੇ ਕਿਸਾਨਾਂ ਦਾ ਧੜਾ ਹੈ ਇਹ ਕੇਵਲ ਪਿੰਡਾਂ ਵਾਲੇ ਜਿਹੜੇ ਕਿਸਾਨਾਂ ਕੋ ਬਹੁਤ ਹੀ ਖੇਤੀ ਵਾਲ ਜਿਹੜੀ ਹੈਗੀ ਪਿੰਡਾਂ ਵਾਲੇ ਲੋਕ ਕਰਦੇ ਆ ਕਹਿੰਦੇ ਵੀ ਸ਼ਹਿਰੀ ਲੋਕ ਇਹਨਾਂ ਨੂੰ ਹਮਾਇਤ ਨਹੀਂ ਕਰਨੀਏ ਤੁਸੀਂ ਜਦੋਂ ਦਮਦਮਾ ਸਾਹਿਬ ਸ਼ਹਿਰ ਦੇ ਵਿੱਚ ਵਿਚਰਦੇ ਹੋ ਤਾਂ ਲੋਕ ਕਿਸ ਤਰ੍ਹਾਂ ਦਾ ਰਿਸਪਾਂਸ ਦੇ ਰਹੇ ਹੈ ਬਾਈ ਤੁਸੀਂ ਵੀ ਜਾ ਕੇ ਦੇਖੋ ਇਸ ਵੀਰ ਭਾਈ ਇਹ ਲੋਕਾਂ ਦਾ ਭਲੇਖਾ ਦੂਰ ਹੋ ਜਾਊਗਾ ਅੱਜ ਜਦੋਂ ਰੋਟੀ ਦਾ ਮਸਲਾ ਆਇਆ ਸੀ ਨਾ ਦੇਖੋ ਜੇ ਜੇ ਜ਼ਿਮੀਂਦਾਰਾਂ ਤੇ ਜਿਹੜੇ ਇਹ Hindu Hindu ਲੋਕ ਆ ਨਾ ਇਹ ਸਿਆਣੇ ਲੋਕ ਆਗੇ ਇਹਨਾਂ ਨੂੰ ਪਤਾ ਹੈਗਾ ਕਿ ਸਾਡਾ ਜਿਹੜਾ ਰਜਗਾਰਾ ਜ਼ਿੰਮੇਦਾਰ ਦੇ ਨਾਲ ਚੱਲਦਾਗਾ ਸਾਰੇ ਸਾਰੇ ਸਮਰਥਨ ਦੇ ਰਿਆ ਤੁਸੀਂ ਆਪ ਸਰਵੇ ਕਰਕੇ ਦੇਖ ਲਿਓ ਹਰ ਇੱਕ ਬੰਦਾ ਅੱਜ ਮੋਰਚੇ ਦੇ ਨਾਲ ਖੜਾ ਚਾਹੇ ਉਹ ਵਪਾਰੀ ਹੈ ਚਾਹੇ ਉਹ ਦੁਕਾਨਦਾਰ ਹੈ ਚਾਹੇ ਉਹ ਕਿਸਾਨ ਹੈ ਚਾਹੇ ਉਹ ਮਜ਼ਦੂਰ ਹੈ ਤਾਂ ਮੋਰਚਾ ਐਡਾ ਵੱਡਾ ਸੈਂਕੜੇ ਸਾਲਾਂ ਬਾਅਦ ਗੁਰੂ ਦੀ ਕਿਰਪਾ ਦੇ ਨਾਲ ਲੋਕ ਇਕੱਠੇ ਹੋਏ ਨੇ ਤੇ ਲੋਕ ਉਵੇਂ ਹੀ ਅੱਜ ਇਕੱਠੇ ਰਹਿਣਾ ਚਾਹੁੰਦੇ ਨੇ ਚਾਹੇ ਉਹ ਕਿਸੇ ਵੀ ਵਰਗ ਦੇ ਨਾਲ ਸੰਬੰਧਤ ਹੋਣ ਇਹਦੇ 'ਚ ਕੋਈ ਦੂਰਅਈ ਨਹੀਂ ਹੈਗੀ ਭਾਜਪਾ ਨੇ ਪੰਜਾਬ 'ਚ ਕੁਝ ਥਾਵਾਂ ਨੂੰ ਛੱਡ ਕੇ ਤਕਰੀਬਨ ਬਹੁਤੀਆਂ ਥਾਵਾਂ ਤੇ ਕੈਂਡੀਡੇਟ ਖੜੇ ਕੀਤੇ ਆ ਤੱਕ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਇੱਥੋਂ ਵੀ ਭਾਜਪਾ ਨੇ ਇੱਕ ਦਸਤਾਰ ਧਾਰੀ ਨੌਜਵਾਨ ਨੂੰ ਜਿਹੜਾ ਹੈ ਕੈਂਡੀਡੇਟ ਐਲਾਨਿਆ ਕੀ ਲੱਗਦਾ ਪੀ ਲੋਕ ਉਹਨੂੰ ਕਿੱਦਾਂ ਦਾ ਇੱਥੇ ਰਿਸਪੌਂਸ ਕਰ ਰਹੇ ਕਿਉਂਕਿ ਲਗਾਤਾਰ ਇੱਕ ਪਾਸੇ ਕਿਸਾਨਾਂ ਦੀਆਂ ਕੁਰਬਾਨੀਆਂ ਦੀ ਲਿਸਟ ਬੜੀ ਲੰਬੀ ਹੈਗੀ ਆ ਅੱਜ ਵੀ ਲਖੀਮਪੁਰ ਖੀਰੀਆਲਾ ਕੇਸ ਬੇਸ਼ੱਕ ਰਾਜੇ ਵਾਲ ਗਰੁੱਪ ਵੀ ਉਹਨੂੰ ਛੱਡ ਕੇ ਵਿੱਚ ਇਲੈਕਸ਼ਨ ਲੜਨ ਲੱਗ ਪਿਆ ਤਾਂ ਕੀ ਲੱਗਦਾ ਪੀ ਉਹਨਾਂ ਨੂੰ ਲੋਕ ਰਿਸਪੌਂਸ ਕਰਨਗੇ ਬਾਈ ਹਜੇ ਤੱਕ ਤਾਂ ਨਹੀਂ ਸਪੌਂਸਰਿੰਗ ਕਰ ਰਹੇਗੇ ਲੋਕ ਪੈਸੇ ਪਾਜ ਪਤ ਤੋ ਸ਼ੁਰੂ ਤੋਂ ਹੀ ਗੁਰੂ ਗੁਰੂ ਸਾਹਿਬ ਦੀ ਨਹੀਂ ਬਖਸ਼ਿਸ਼ ਰਹੀ ਆ ਸਾਡੇ ਪੰਜਾਬੀਆਂ ਨੂੰ ਪਾਜ ਪਾ ਨੂੰ ਲੋਕ ਸਾਡੇ ਪੈਸੀ ਸ਼ੁਰੂ ਤੋਂ ਪਸੰਦ ਨਹੀਂ ਕਰਦੇਗੇ ਇਹ ਇਕੱਲੇ ਪਾਜ ਪਾ ਰਲ ਕੇ ਸਰਕਾਰ ਬਣਾਉਂਦੇ ਰਹੇ ਆ ਉਹ ਬਾਈ ਜੀ ਉਹ ਫਿਰ ਉਹ ਬਸ ਇੱਕ ਸਮਝ ਲਓ ਵੀ ਪੰਥ ਦੇ ਨਾਮ ਦੇ ਉੱਤੇ ਗੱਲ ਆ ਜਾਂਦੀ ਸੀਗੀ ਹੁਣ ਅੱਜ ਭਾਜਪਾ ਕੱਲੀ ਹੈਗੀ ਹੁਣ ਇਹਨਾਂ ਨੂੰ ਦੇਖ ਰਿਹਾ ਹੁਣ ਸਾਰੇ ਦਾ ਸਾਰਾ ਸਾਰਾ ਇਹਨਾਂ ਦਾ ਸਾਹਮਣੇ ਆ ਜਾਣਾ ਵੀ ਇਹਨਾਂ ਦੇ ਵਿੱਚ ਕਿੰਨਾ ਕੁ ਜ਼ੋਰ ਸੀ ਉਹਦੋਂ ਇਹ ਧੌਣ ਤੇ ਗੁੱਡਾ ਧਰ ਕੇ ਸੀਟਾਂ ਮੰਗਦੇ ਹੁੰਦੇ ਸੀ ਨਾ ਅਕਾਲੀਆਂ ਤੋਂ ਤੇ ਉਹ ਉਹਨਾਂ ਦੇ ਨਾਲ ਰਲ ਕੇ ਪੰਥ ਦੇ ਨਾਮ ਦੇ ਉੱਤੇ ਇਹਨਾਂ ਦਾ ਰਜਗਾਰ ਚੱਲੀ ਗਿਆ ਹੁਣ ਇਹਨਾਂ ਦਾ ਕੁਝ ਨਹੀਂ ਹੈਗਾ ਪੰਥ ਦੇ ਨਾਮ ਤੇ ਕਾਲੀ ਦਲ ਅਜੇ ਵੀ ਵੋਟਾਂ ਮੰਗਦਾ ਕੱਲ ਪਰਸੋ ਮੰਗਿਆ ਲਗਾਤਾਰ ਮੰਗਦੇ ਤਾਂ ਕੀ ਲੱਗਦਾ ਵੀ ਐਦ ਕੀ ਲੋਕ ਪੰਥ ਦੇ ਨਾਮ ਤੇ ਉਹਨਾਂ ਨੂੰ ਵੋਟ ਦੇਣ ਨਹੀਂ ਨਹੀਂ ਬਈ ਉਹ ਗੱਲ ਰਹੀ ਨਹੀਂ ਹੁਣ ਕਾਲੀ ਦਲ ਜਿਹੜੀ 1920 ਕਿੱਕੇ ਦੇ ਨਾਲ ਅਕਾਲੀ ਦਲ ਚੱਲ ਰਹੀ ਹੈ ਕਿ ਜਿਵੇਂ ਕਾਰਪੋਰੇਟ ਚਲਾਉਂਦੇ ਹਨ ਉਹ ਪਹਿਲਾਂ ਅਕਾਲੀ ਦਲ ਵਾਲੇ ਹੁੰਦੇ ਸੀ ਇਹ ਮੰਜਾਂ ਤੇ ਬੈਠ ਕੇ ਮੀਟਿੰਗਾਂ ਹੋਣੀਆਂ ਖੁੱਲਿਆਂ ਦੇ ਵਿੱਚ ਹੁਣ ਅਕਾਲੀ ਦਲ ਦੀ ਜਿਹੜੀ ਉਹ ਜਿਹੜੀ ਮੀਟਿੰਗ ਕਰਨ ਦਾ ਤਰੀਕਾ ਵੀ ਹੈ ਜਿਵੇਂ ਅੰਡਾਨੀ ਬਰਨਿੰਗ ਕਰਦੇ ਆ ਹੁਣ ਤਾਂ ਉਹ ਸਿਸਟਮ ਹੋ ਗਿਆ ਠੀਕ ਹੈ ਜੀ ਉਹ ਉਹ ਗਈਆਂ ਵੀਰੇ ਗੱਲਾਂ ਹੁਣ ਹੁਣ ਸਾਰੇ ਲੋਕਾਂ ਨੂੰ ਪਤਾ ਹੈਗਾ ਹੁਣ ਉਹ ਪੰਥਕ ਨਹੀਂ ਰਹਿਗੇ ਹੁਣ ਤਾਂ ਬਸ ਉਹ ਡਰਗ ਦੇ ਮਸਲਿਆਂ ਦੇ ਵਿੱਚ ਆ ਗਏ ਵਿਚਾਰੇ ਹਨਾ ਐਡੇ ਬਿਆਦਮੀਆਂ ਦੇ ਦੋਸ਼ ਲਾ ਕੇ ਕਿੱਥੇ ਪੰਥ ਰਹਿ ਗਿਆ ਹੁਣ ਬਾਈ ਜੀ ਪੰਥ ਤਾਂ ਹੁਣ ਆਪਦਾ ਗੁਰੂ ਦੇ ਨਾਮ ਤੇ ਚੱਲੀ ਜਾਂਦਾ ਹੈਗਾ ਹੁਣ ਪੰਥ ਦਾ ਕੋਈ ਕਲੇਮ ਨਹੀਂ ਕਰ ਸਕਦਾ ਪੰਥ ਹਰ ਹਲਕੇ ਦੇ ਵਿੱਚ ਨਾ ਜਿੱਦਾਂ ਕਿਸੇ ਕੈਂਡੀਡੇਟ ਨੂੰ ਅਕਾਲੀਆਂ ਨੂੰ ਜਾਂ ਕਾਂਗਰਸ ਨੂੰ ਜਾਂ ਕਿਸਾਨ ਨਾਲ ਨੂੰ ਹੁੰਦਾ ਵੀ ਆਹ ਤਾਂ ਜਿਹੜਾ ਕੈਂਡੀਡੇਟ ਮੇਰੇ ਤੋਂ ਡਾਊਨ ਨਾ ਇਹਨੂੰ ਤਾਂ ਮੈਂ ਪਿੱਛੇ ਛੱਡ ਹੀ ਜਾਊਂਗਾ ਤੁਹਾਨੂੰ ਇਸ ਹਲਕੇ ਦੇ ਵਿੱਚ ਕਿਹੜਾ ਕੈਂਡੀਡੇਟ ਤੁਹਾਡੇ ਮੁਕਾਬਲੇ 'ਚ ਵੱਧ ਲੱਗਦਾ ਜਾਂ ਤੁਹਾਨੂੰ ਜਾਪਦਾ ਵੀ ਕਿਹਨੇ ਨਾਲ ਤੁਹਾਡਾ ਮੁਕਾਬਲਾ ਵੱਧਿਆ ਫਿਲਹਾਲ ਤਾਂ ਭਾਈ ਸਾਡਾ ਪਤਾ ਕੀ ਹੈ ਮੇਰੇ ਖਿਆਲ ਦੇ ਨਾਲ ਇਹ ਮੁਕਾਬਲੇ ਦੇ ਵਿੱਚ ਆਪਸ ਦੇ ਵਿੱਚ ਹੀ ਰਹਿ ਜਾਣਗੇ ਜਿਹੜੇ ਜਿਹੜੇ ਲੋਕ ਆ ਕੇ ਲੋਕ ਮੋਰਚੇ ਦਾ ਸਾਥ ਦੇਣਗੇ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਸਾਰਿਆਂ ਤੋਂ ਉੱਪਰ ਹੀ ਜਾਵਾਂਗੇ ਟੌਪ ਤੇ ਜਾਵਾਂਗੇ ਮੰਨ ਲਓ ਮੇਰੀ ਗੱਲ ਨੂੰ ਅੱਜ ਵਿਸ਼ਵਾਸ ਦਿਵਾਉਣਾ ਮੈਂ ਜਿਹੜੇ ਹਿਸਾਬ ਨਾਲ ਲੋਕਾਂ ਦਾ ਰਿਸਪਾਂਸ ਜਾ ਰਿਹਾ ਹੈਗਾ ਜੀ ਜੀ ਤਾਂ ਇਹ ਨੇ ਸੁਖਜੀਤ ਸਿੰਘ ਬਰਾੜ ਤਲਵੰਡੀ ਸਾਬੋ ਤਕਸਰੀ ਦਮਦਮਾ ਸਾਇਦ ਦੇ ਪਵਿੱਤਰ ਧਰਤੀ ਹੈ ਉੱਥੋਂ ਸਖਤ ਸਮਾਜ ਮੋਰਚਾ ਦੇ ਉਮੀਦਵਾਰ ਆ ਕਿਸਾਨ ਸੰਘਰਸ਼ ਦੇ ਵਿੱਚ ਇਹਨਾਂ ਨੇ ਆਪਣੇ ਸੱਜਣਾਂ ਨੂੰ ਲੈ ਕੇ ਮਿੱਤਰਾਂ ਨੂੰ ਲੈ ਕੇ ਵਿਦੇਸ਼ ਚੋਂ ਆ ਕੇ ਬੜੀ ਸੋਹਣੀ ਜੜੀ ਹੈਗੀ ਹੈ ਜ਼ਿੰਮੇਵਾਰੀ ਨਿਭਾਈ ਔਰ ਬੜੀ ਮਿਹਨਤ ਦੇ ਨਾਲ ਉੱਥੇ ਪੰਜਾਬ ਦੇ ਹਰਿਆਣਾ ਦੇ ਯੂਪੀ ਬਿਹਾਰ ਉੱਤਰਾਖੰਡ ਦੇ ਜਿੰਨੇ ਵੀ ਕਿਸਾਨ ਸੀਗੇ ਉੱਥੇ ਜਿੰਨੇ ਕੁ ਵੀ ਵੰਦੀ ਤੰਦੀ ਸੇਵਾ ਸੀ ਉੱਥੇ ਕੀਤੀ ਰਹੀ ਸੀ ਉੱਥੇ ਉੱਥੇ ਮਿਲਦੇ ਰਹੇ ਆ ਸੀ ਬੇਸ਼ੱਕ ਸਖਤ ਸਮਾਜ ਮੋਰਚੇ ਨੂੰ ਲੈ ਕੇ ਬਲਵੀਰ ਸਿੰਘ ਰਾਜੇਵਾਲ ਨੂੰ ਲੈ ਕੇ ਸਾਡੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਨੇ ਇਹਦੀ ਮੌਕਾ ਮਿਲਿਆ ਉਹਨਾਂ ਨੂੰ ਕਰਾਂਗੇ ਪਰ ਇਹ ਇਸ ਇਲਾਕੇ ਦੇ ਕੈਂਡੀਡੇਟ ਜਿਹੜੇ ਐਲਾਨੇ ਗਏ ਹੈਗੇ ਇਹਨਾਂ ਦੀ ਪੂਰੀ ਦੀ ਪੂਰੀ ਜਿਹੜੀ ਨੌਜਵਾਨਾਂ ਦੀ ਟੀਮ ਹੈ ਜਿਹੜੀ ਦਿੱਲੀ ਮੋਰਚੇ ਦੇ ਵਿੱਚ ਰਲ ਮਿਲ ਕੇ ਕਿਸਾਨਾਂ ਦੀ ਸੇਵਾ ਕਰਦੀ ਸੀ ਅੱਜ ਉਹ ਇਹਨਾਂ ਦੀ ਕੰਪੇਨਿੰਗ ਦੇ ਵਿੱਚ ਇਹਨਾਂ ਦਾ ਸਾਥ ਦੇ ਰਹੇ ਹੈ ਡੋਰ ਟੂ ਡੋਰ ਅਸੀਂ ਦੇਖਿਆ ਲੋਕਾਂ ਦਾ ਸਹਣਾ ਸਮਰਥਨ ਹੈਗਾ ਬੇਸ਼ੱਕ ਲੋਕ ਸਤਿਕਾਰ ਕਰਦੇ ਆ ਪਰ ਇਹ ਲਿਖੇ ਨੌਜਵਾਨ ਹੋਣ ਕਰਕੇ ਯੂਨੀਵਰਸਿਟੀ ਦੇ ਵਿੱਚ ਨੌਜਵਾਨ ਹੋਣ ਕਰਕੇ ਲੋਕ ਰਿਸਪੌਂਸ ਕਰਦੇ ਆ ਪਰ ਅਸਲੀ ਜਿਹੜਾ ਹੈਗਾ ਉਹ ਨਤੀਜਾ ਦੱਸੇਗਾ ਕਿ ਵੋਟਾਂ ਦੇ ਵਿੱਚ ਲੋਕ ਕਿੱਦਾ ਦਾ ਜਿਹੜਾ ਫਤਵਾ ਹੈਗਾ ਉਹ ਇਹਨਾਂ ਨੂੰ ਦਿੰਦੇ ਆ ਕਿਉਂਕਿ ਇਹ ਸੀਟ ਉਹ ਸੀਟ ਹੈ ਜਿਹਨੂੰ ਆਮ ਆਦਮੀ ਪਾਰਟੀ ਨੇ 2017 ਦੇ ਵਿੱਚ ਜਿਹੜਾ ਇੱਕ ਵੱਡੇ ਮਾਰਜਨ ਦੇ ਨਾਲ ਜਿੱਤਿਆ ਸੀਗਾ ਤਾਂ ਕੀ ਬੀਬੀ ਬਲਜਿੰਦਰ ਕੌਰ ਆਮ ਆਦਮੀ ਪਾਰਟੀ ਤੋਂ ਇਸ ਵਾਰ ਆਪਣੀ ਇਹ ਸੀਟ ਬਚਾ ਸਕਣਗੇ ਉਹ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਦੀ ਝੋਲੀ ਇਹ ਸੀਟ ਪਾ ਸਕਣਗੇ ਅਕਾਲੀ ਦਲ ਦੇ ਲਈ ਵੀ ਇਹ ਸੀਟ ਜਿਹੜੀ ਹੈ ਕਾਫੀ ਅਹਿਮ ਹੋ ਜਾਂਦੀ ਹੈ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਹੋਵੇ ਔਰ ਪੰਥਕ ਪਾਰਟੀ ਦਾ ਉਮੀਦਵਾਰ ਦਾਵੇ ਬਹੁਤ ਕੀਤੇ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਇੱਕ ਜਿਹੜਾ ਸਿੱਖ ਚਿਹਰੇ ਵਾਲਾ ਨੌਜਵਾਨ ਉੱਥੇ ਨੌਜਵਾਨ ਨੂੰ ਉਤਾਰਿਆ ਗਿਆ ਔਰ ਇਹ ਵੀ ਮੈਨੂੰ ਖਾਸ ਗੱਲ ਲੱਗਦੀ ਹੈ ਕਿ ਇੱਕ ਪਾਸੇ ਆਮਾ ਦੇ ਜਿਹੜਾ ਕਿਸਾਨ ਮੋਰਚੇ ਦਾ ਨੌਜਵਾਨ ਜਿਹੜਾ ਹੈਗੇ ਦਸਤਾਰ ਧਾਰੀ ਹੈ ਸਿਰ ਤੇ ਦਸਤਾਰ ਸਜਾਉਂਦਾ ਔਰ ਉਹਨਾਂ ਨੇ ਵੀ ਦਸਤਾਰ ਸਾਡੀ ਸਜਾਇਆ ਜਿਹੜਾ ਨੌਜਵਾਨ ਇੱਥ ਨਤੀਜਾ ਦੱਸੇ ਗਾਇਸ ਇਸ ਇਲਾਕੇ ਦੇ ਲੋਕ ਕਿਹੜੀ ਪਾਰਟੀ ਨੂੰ ਕਿੰਨਾ ਸਤਿਕਾਰ ਦਿੰਦੇ ਆ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਧੰਨ ਸਤਿ ਸ੍ਰੀ ਅਕਾਲ ਜੀ ਵੀਰੇ ਸਾਰਿਆਂ ਨੂੰ ਥੈਂਕ ਯੂ ਧੰਨਵਾਦ